ਮੱਥਾ ਜੀ ਨੇ ਜ਼ੁਲਮੀ ਹਕੂਮਤਾਂ ਨਾਲ ਲਾਇਆ ਸੀ ਜੱਗ ਤੋਂ ਨਿਆਰਾ ਜੀ ਨੇ ਕੌਤਕ ਦਿਖਾਇਆ ਸੀ। ਮੱਥਾ ਜੀ ਨੇ ਜ਼ੁਲਮੀ ਹਕੂਮਤਾਂ ਨਾਲ ਲਾਇਆ ਸੀ ਜੱਗ ਤੋਂ ਨਿਆਰਾ ਜੀ ਨੇ ਕੌਤਕ ਦਿਖਾਇਆ ਸੀ। ਵਤਨਾਂ ਤੋਂ ਸਰਬੰਸ ਨੂੰ ਜਿਹੜਾ ਲੁਟਾ ਗਿਆ, ਜਿੰਦ ਦੇ ਕੇ ਜ਼ਿੰਦਗੀ ਕੌਮ ਦੀ ਬਣਾ ਗਿਆ। ਕੌਣ ਸੀ ਉਹ, ਕੌਣ ਸੀ ਉਹ, ਕੌਣ ਸੀ ਉਹ, ਕੌਣ ਸੀ ਮਰਦ ਅਗੰਬੜਾ, ਕੌਣ ਸੀ ਉਹ, ਕੌਣ ਸੀ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤ ਦੇ ਵਿੱਚ ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ, ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਕਰਦੀ ਹਾਂ ਜੀ। ਹਾਜ਼ਰ ਹਾਂ ਜੀ, ਮੇਰੇ ਹਿਸਾਬ ਦੇ ਨਾਲ ਨਵੇਂ ਸਾਲ ਦਾ ਪਹਿਲਾ ਪ੍ਰੋਗਰਾਮ ਹੈ। ਵੈਸੇ ਕੀਤਾ ਸੀ 31 ਦਸੰਬਰ ਨੂੰ ਪ੍ਰੋਗਰਾਮ ਤੁਹਾਡੇ ਰੂਬਰੂ, ਪਰ ਨਵੇਂ ਸਾਲ ਦਾ ਇਹ ਪਹਿਲਾ ਪ੍ਰੋਗਰਾਮ ਜਿਹੜਾ ਤੁਹਾਡੇ ਰੂਬਰੂ ਕਰਨਾ। ਉਹ ਸਭ ਤੋਂ ਪਹਿਲਾਂ ਜੀ, ਜਸ ਪੰਜਾਬੀ ਦੇ ਜਿੰਨੇ ਦਰਸ਼ਕ ਨੇ, ਸਰੋਤੇ ਨੇ, ਦੂਰੇ ਨੇੜਿਓਂ ਅਲੱਗ ਅਲੱਗ ਮੁਲਕਾਂ ਦੇ ਵਿੱਚ ਬੈਠੇ ਨੇ, ਦੇਖਦੇ ਨੇ, ਅਲੱਗ ਅਲੱਗ ਤਰੀਕਿਆਂ ਨਾਲ ਦੇਖਦੇ ਨੇ। ਬਹੁਤ ਸਾਰੇ ਕੈਨੇਡਾ, ਅਮੈਰੀਕਾ ਦੀ ਗੱਲ ਕਰੀਏ, ਡੈਸ਼ ਉੱਪਰ ਦੇਖਦੇ ਨੇ ਬਹੁਤ ਸਾਰੇ ਲੋਕ। ਫਿਰ ਕੋਈ ਡੱਬੀਆਂ ਜਿਹੜੀਆਂ ਆਈਆਂ, ਉਹ ਮੈਨੂੰ ਲੱਗਦਾ ਵੀ ਅੱਜ ਤੋਂ ਬੰਦ ਹੋਣੀਆਂ ਸੀ, ਹੋਈਆਂ ਕਿ ਨਹੀਂ ਹੋਈਆਂ ਹਜੇ ਪਤਾ ਨਹੀਂ, ਉੱਤੇ ਦੇਖਦੇ ਨੇ। ਅਗਰ ਅਸੀਂ ਬਾਕੀ ਮੁਲਕਾਂ ਦੀ ਗੱਲ ਕਰੀਏ ਤਾਂ ਸਾਨੂੰ ਫੋਨ ਜਿਹੜੇ ਨੇ ਕਦੇ ਥਾਈਲੈਂਡ ਤੋਂ ਵੀ ਆ ਜਾਂਦਾ, ਕਦੇ ਸਪੇਨ ਤੋਂ ਵੀ ਆ ਜਾਂਦਾ, ਕਦੇ ਇੰਗਲੈਂਡ ਤੋਂ ਵੀ ਆ ਜਾਂਦਾ। ਸੋ ਫੋਨ ਸਾਨੂੰ ਹਰ ਜਗ੍ਹਾ ਤੋਂ ਆਉਂਦੇ ਨੇ, ਅਰਬ ਕੰਟਰੀਆਂ ਦੇ ਵਿੱਚੋਂ ਵੀ ਕਈ ਵਾਰੀ ਫੋਨ ਆ ਜਾਂਦੇ ਨੇ ਜੀ, ਤੁਹਾਡਾ ਪ੍ਰੋਗਰਾਮ ਦੇਖ ਰਹੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਮੈਂ ਪੂਰੀ ਦੁਨੀਆ ਵਿੱਚ ਜਿਹੜੀ ਨਾਨਕ ਨਾਮ ਲੇਵਾ ਸੰਗਤ ਹੈ ਉਹਨਾਂ ਨੂੰ, ਧੰਨ ਧੰਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣੀਆਂ ਚਾਹੁੰਦਾ। ਅੱਜ 2 ਜਨਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਬਹੁਤ ਧੂਮਧਾਮ ਦੇ ਨਾਲ। ਅਤੇ ਨਾਲ ਦੀ ਨਾਲ ਚਲੋ ਨਵੇਂ ਸਾਲ ਦੀ ਇੱਕ ਵਾਰ ਫੇਰ ਵਧਾਈ ਦੇ ਦਿੰਦੇ ਹਾਂ। ਨਵੇਂ ਸਾਲ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਰਿਆਂ ਨੂੰ। ਨਵਾਂ ਸਾਲ ਉਮੀਦ ਕਰਦੇ ਵਧੀਆ ਹੀ ਚੜਿਆ ਹੋਏਗਾ। ਹਰ ਵਾਰ ਆਪਾਂ ਕਹਿ ਦਈਦਾ ਵੀ ਹਰੇਕ ਵਾਸਤੇ ਵਧੀਆ ਚੜੇ, ਕਈਆਂ ਦਾ ਵਿਚਾਰਿਆਂ ਦਾ ਅਗਲੇ ਦਿਨ ਹੀ ਐਕਸੀਡੈਂਟ ਹੋ ਜਾਂਦਾ, ਪਹਿਲੇ 1 ਤਰੀਕ ਨੂੰ ਹੀ। ਅਗਲਾ ਕਹਿੰਦਾ ਵੀ ਯਾਰ ਕੱਲ੍ਹ ਮੈਨੂੰ 20 ਲੋਕਾਂ ਨੇ ਕਿਹਾ ਸੀ ਵੀ ਨਵਾਂ ਸਾਲ ਤੇਰਾ ਬਹੁਤ ਵਧੀਆ ਚੜੇ, ਬਹੁਤ ਬਹੁਤ ਸ਼ੁਭਕਾਮਨਾਵਾਂ, ਮੇਰਾ ਅੱਜ ਐਕਸੀਡੈਂਟ ਹੋ ਗਿਆ। ਚਲੋ ਖੈਰ, ਜ਼ਿੰਦਗੀ ਚੱਲਦੀ ਰਹਿਣੀ ਹੈ। ਅੱਜ ਦਾ ਪ੍ਰੋਗਰਾਮ ਰਲਿਆ ਮਿਲਿਆ ਹੋਏਗਾ। ਰਲਿਆ ਮਿਲਿਆ ਤੋਂ ਭਾਵ ਆਪਾਂ ਜਦੋਂ ਵੀ ਵਿਸ਼ਾ ਰੱਖਦੇ ਹੁੰਦੇ ਵੀਰਵਾਰ ਦਾ, ਉਹ ਨਹੀਂ ਰੱਖਣਾ, ਕਿਉਂਕਿ ਸਾਨੂੰ ਬਹੁਤ ਸਾਰੇ ਸੁਝਾਅ ਆਉਂਦੇ ਨੇ ਵੀ ਜਦੋਂ ਖਾਸ ਤੌਰ 'ਤੇ ਸਾਹਿਬਜ਼ਾਦਿਆਂ ਦੀ ਗੱਲ ਚੱਲਦੀ ਸੀ ਦਸੰਬਰ ਦੇ ਆਖਰੀ ਹਫ਼ਤੇ ਦੇ ਵਿੱਚ, ਤਾਂ ਉਦੋਂ ਸਾਨੂੰ ਬਹੁਤ ਸਾਰੇ ਇਹ ਸੁਝਾਅ ਆਏ ਜੀ ਵੀ ਤੁਹਾਨੂੰ ਵਿਸ਼ਾ ਇਹਨਾਂ ਦਿਨਾਂ ਵਿੱਚ ਨਹੀਂ ਰੱਖਣਾ ਚਾਹੀਦਾ ਸੀ, ਉਹਨਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀ। ਚਲੋ ਕੋਈ ਗੱਲ ਨਹੀਂ, ਅਸੀਂ ਜ਼ਰੂਰ ਤੁਹਾਡੇ ਜਿਹੜੇ ਸੁਝਾਅ ਆਉਂਦੇ ਨੇ ਉਹਨਾਂ ਨੂੰ ਸੁਣੀਦਾ ਵੀ ਹੈ ਅਤੇ ਮੰਨੀਦਾ ਵੀ ਆ। ਸੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਜੇ ਤਾਂ ਮੇਰਾ ਖਿਆਲ ਆ ਵੀ ਉਹਨਾਂ ਦੀ ਗੱਲ ਕਰਨ ਵਾਸਤੇ ਤਾਂ ਭਾਵੇਂ ਕਈ ਸਾਲ ਲੱਗੇ ਰਹੀਏ ਜੀ, ਉਹਨਾਂ ਦੀ ਉਸਤ ਦੇ ਵਿੱਚ ਕੁਛ ਕਹਿ ਹੀ ਨਹੀਂ ਸਕਦੇ, ਸ਼ਬਦ ਹੀ ਨਹੀਂ ਹੈਗੇ ਉਹਨਾਂ ਦੀ ਤਾਰੀਫ ਕਰਨ ਨੂੰ। ਉਹਨਾਂ ਨੇ ਜੋ ਕੁਛ ਕੀਤਾ, ਜਿੰਨੇ ਉਹ ਦਲੇਰ ਸੀ, ਜਿੰਨੇ ਉਹ ਬਹਾਦਰ ਸੀ। ਸ਼ਿਵ ਕੁਮਾਰ ਬਟਾਲਵੀ ਨੇ ਇੱਕ ਬੜੀ ਵਧੀਆ ਕਵਿਤਾ ਲਿਖੀ ਸੀ ਉਹਨਾਂ ਦੇ ਵਿੱਚ, ਉਹਨਾਂ ਦੀ ਉਸਤ ਦੇ ਵਿੱਚ ਲਿਖੀ ਆ ਸ਼ਿਵ ਕੁਮਾਰ ਬਟਾਲਵੀ ਨੇ, ਆਰਤੀ ਲਿਖੀ ਸੀ, ਸ਼ਾਇਦ ਸੁਣੀ ਹੋਵੇ, ਦੇਖੀ ਹੋਵੇ ਕਿਸੇ ਸਾਡੇ ਦਰਸ਼ਕਾਂ ਨੇ, ਕਿ ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ, ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ, ਮੇਰੇ ਕਿਹੜੇ ਸ਼ਬਦ ਦੇ ਬੂਹੇ ਮੰਗਣ ਗੀਤ ਅੱਜ ਜਾਵਾਂ, ਮੇਰਾ ਹਰ ਇੱਕ ਗੀਤ ਬੁਝਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ, ਮੈਂ ਤੈਨੂੰ ਕਰਨ ਲਈ ਭੇਟਾ ਤੇਰੇ ਦੁਆਰ 'ਤੇ ਆਵਾਂ। ਵਾਹ ਜੀ ਵਾਹ, ਜੋ ਆਪਣੇ ਸੋਹਲ ਛਿੰਦੇ ਬੋਲ ਨੀਹਾਂ ਵਿੱਚ ਚਣਾ ਦੇਵੇ, ਜੋ ਆਪਣੇ ਸੋਹਲ ਛਿੰਦੇ ਬੋਲ ਨੀਹਾਂ ਵਿੱਚ ਚਣਾ ਜਾਵੇ, ਤਿਰਹਾਏ ਸ਼ਬਦਾਂ ਨੂੰ ਤਲਵਾਰ ਦਾ ਪਾਣੀ ਪਿਲਾ ਜਾਵੇ, ਜੋ ਲੁੱਟ ਜਾਵੇ ਫਿਰ ਵੀ ਯਾਰੇ ਦਾ ਸੱਥਰ ਗਾਵੇ, ਐਸਾ ਗੀਤ ਕਿਹੜਾ ਲਾ ਗਾਵਾਂ ਅਤੇ ਐਸਾ ਗੀਤ ਕਿਹੜਾ ਮੈਂ ਲੈ ਕੇ ਆਵਾਂ। ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਸੀਗਾ ਕਿ ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ, ਸਰੇ ਬਾਜ਼ਾਰ ਜਾ ਕੇ ਜੋ ਆਪਣਾ ਸਿਰ ਕਟਵਾਵੇ। ਸੋ ਬਹੁਤ ਸਾਰੇ ਹੋਰ ਜਿਹੜੇ ਲੇਖਕ ਨੇ ਉਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁਤ ਕੁਛ ਲਿਖਿਆ, ਬਹੁਤ ਕੁਛ ਜ਼ਿਕਰ ਕੀਤਾ ਹੈ, ਪਰ ਅੱਜ ਮੈਂ ਜ਼ਿਕਰ ਜਿਹੜਾ ਉਹ ਤੁਹਾਡੇ ਜ਼ੁਬਾਨੀ ਸੁਣਨਾ ਚਾਹੂੰਗਾ। ਅਕਸਰ ਅਸੀਂ ਜਿਹੜੀ ਗੱਲ ਹੈ ਉਹ ਕਰਕੇ ਹਟ ਜਾਂਦੇ ਹਾਂ ਜੀ, 4 ਸਾਹਿਬਜ਼ਾਦੇ ਸੀ, 2 ਨੀਹਾਂ ਦੇ ਵਿੱਚ ਨਾ, ਅਤੇ 2 ਸ਼ਹੀਦ ਹੋ ਗਏ ਜੰਗ ਦੇ ਵਿੱਚ, ਮਾਤਾ ਗੁਜਰੀ ਸ਼ਹੀਦ ਹੋ ਗਏ, ਬਾਕੀ ਪਰਿਵਾਰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸੀਗਾ। ਅੱਜ ਮੈਂ ਚਾਹਾਂਗਾ ਬਾਕੀ ਪਰਿਵਾਰ ਬਾਰੇ ਜ਼ਰੂਰ ਗੱਲਬਾਤ ਕਰੀਏ। ਗੁਰੂ ਗੋਬਿੰਦ ਸਿੰਘ ਜੀ ਦੀਆਂ 3 ਪਤਨੀਆਂ ਸੀ, ਇਤਿਹਾਸ ਦੱਸਦਾ। ਜਨਮ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਲਿਖਦੇ ਨੇ, ਲਿਖਣ ਵਾਲੇ ਲਿਖਦੇ ਨੇ ਵੀ 7 ਜਨਵਰੀ ਨੂੰ ਸੀਗਾ। ਅਗਰ ਅਸੀਂ ਅੰਗਰੇਜ਼ੀ ਮਹੀਨਿਆਂ ਦੀ ਗੱਲ ਕਰੀਏ 7 ਜਨਵਰੀ 1666 ਨੂੰ, ਕੁਛ ਲੋਕ 22 ਦਸੰਬਰ
1664 ਦਾ ਵੀ ਜ਼ਿਕਰ ਕਰਦੇ ਨੇ। ਤੁਹਾਡੇ ਹਿਸਾਬ ਨਾਲ ਕੀ ਜਾਣਕਾਰੀ ਤੁਹਾਡੇ ਕੋਲ ਹੈਗੀ ਆ? ਮੈਂ ਅੱਜ ਉਹ ਚਾਹਾਂਗਾ, ਉਹਨਾਂ ਦੇ ਪਰਿਵਾਰ ਦੀ ਚਾਹਾਂਗਾ, ਜਿਹੜੇ ਸਾਹਿਬਜ਼ਾਦੇ ਸੀਗੇ ਸਾਡੇ ਉਹ ਕਿਹਨਾਂ ਦੀ ਕੁੱਖ ਤੋਂ ਜਨਮੇ ਸੀ। ਅਗਰ ਤਿੰਨ ਧਰਮ ਪਤਨੀਆਂ ਦੀ ਗੱਲ ਕਰੀਏ ਤਾਂ ਸਾਹਿਬਜ਼ਾਦੇ ਕਿਹਨਾਂ ਦੀ ਕੁੱਖ ਤੋਂ ਜਨਮੇ ਸੀ? ਚਾਰ ਸਾਹਿਬਜ਼ਾਦੇ ਜਿਹੜੇ ਹੋਏ ਨੇ, ਸ਼ਹੀਦ ਹੋਏ ਨੇ, ਸਭ ਨੂੰ ਪਤਾ ਹੈ, ਪਰ ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਕਿ ਉਹਨਾਂ ਦੇ ਮਾਤਾ ਜੀ ਕੌਣ ਸੀ ਤਿੰਨਾਂ ਦੇ ਵਿੱਚੋਂ, ਚੌਹਾਂ ਦੇ ਵਿੱਚੋਂ, ਚਾਹੇ ਚਾਰ ਸਾਹਿਬਜ਼ਾਦਿਆਂ ਦੇ ਤਿੰਨਾਂ ਦੇ ਵਿੱਚੋਂ ਮਾਤਾ ਜੀ ਕੌਣ ਸੀ। ਸੋ ਮੈਂ ਚਾਹੁੰਦਾ ਤੁਸੀਂ ਸਾਰੇ ਸਿਆਣੇ ਹੋ, ਅੱਜ ਜ਼ਰੂਰ ਜ਼ਿਕਰ ਕਰੀਏ ਗੁਰੂ ਗੋਬਿੰਦ ਸਿੰਘ ਜੀ ਦਾ, ਨਾਲ ਨਾਲ ਨਵੇਂ ਸਾਲ ਦੀ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਔਰ ਬੜੀ ਚੰਗੀ ਗੱਲ ਹੈ, ਦੋਨੋਂ ਖੁਸ਼ੀ ਦੇ ਦਿਹਾੜੇ ਆ, ਪ੍ਰਕਾਸ਼ ਦਿਹਾੜਾ ਵੀ ਖੁਸ਼ੀ ਦਾ ਦਿਹਾੜਾ ਅਤੇ ਨਵਾਂ ਸਾਲ ਵੀ ਖੁਸ਼ੀ ਦਾ ਦਿਹਾੜਾ। ਨਵਾਂ ਸਾਲ ਤਾਂ ਹਜੇ ਚੱਲੀ ਜਾਣਾ ਜੀ, ਹਜੇ ਤਾਂ ਤਾਜ਼ਾ ਤਾਜ਼ਾ ਉਹ ਆਇਆ ਵਿਚਾਰਾ, ਹਜੇ ਤਾਂ ਪਾਸੇ ਪੁੱਸੇ ਲੈ ਕੇ ਸੈੱਟ ਹੋਊਗਾ ਤਾਂ ਫਿਰ ਅੱਗੇ ਤੁਰੂਗਾ। ਚਲੋ ਖੈਰ, 2 ਜਨਵਰੀ ਦਾ ਦਿਨ ਜਿਹੜਾ ਹੈਗਾ ਸਾਡੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ, ਇਹਦੂ ਵੱਡੀ ਉੱਪਰ ਕੋਈ ਚੀਜ਼ ਨਹੀਂ ਹੋ ਸਕਦੀ, ਜਿਨ੍ਹਾਂ ਨੇ ਸਰਬੰਸ ਲੁਟਾ ਦਿੱਤਾ। ਔਰ ਇੱਕ ਸ਼ਬਦ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਨੇ, ਜਿਹੜੇ ਕਿ ਸੱਚਾਈ ਹੈਗੀ ਆ ਪੂਰੀ ਜ਼ਿੰਦਗੀ ਦੀ, ਅਗਰ ਅਸੀਂ ਉਹਨਾਂ 'ਤੇ ਅਮਲ ਕਰੀਏ ਤਾਂ ਕੁਛ ਨਾ ਕੁਛ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਸੀ, ਦੇਹ ਸੇਵਾ ਬਰ ਮੋਹੇ ਇਹ ਹੈ, ਸ਼ੁਭ ਕਰਮੰਤ ਹੈ ਕਭੂ ਨਾ ਡਰੋ। ਔਰ ਇਹ ਬਾਅਦ ਦੇ ਵਿੱਚ ਇਸ ਇਨ ਸ਼ਬਦ ਨੂੰ ਗੀਤ ਦੇ ਰੂਪ ਦੇ ਵਿੱਚ ਗਾਇਆ ਬਹੁਤ ਸਾਰੇ ਕਲਾਕਾਰਾਂ ਨੇ। ਸੁਖਵਿੰਦਰ ਸਾਡੇ ਬੰਬੇ ਦਾ ਕਲਾਕਾਰ ਆ, ਉਹਨੇ ਬਹੁਤ ਵਧੀਆ ਗਾਇਆ ਸੀ, ਪਰ ਮੈਨੂੰ ਉਹਦੀ ਵੀਡੀਓ ਕੋਈ ਪ੍ਰੋਪਰ ਨਹੀਂ ਮਿਲ ਸਕੀ। ਪਰ ਉਸ ਤੋਂ ਪਹਿਲਾਂ ਮੁਹੰਮਦ ਰਫੀ ਸਾਹਿਬ ਨੇ ਇਹ ਸ਼ਬਦ ਨੂੰ ਗੀਤਨੁਮਾ ਗਾਇਆ ਔਰ ਸਾਨੂੰ ਵੀਡੀਓ ਮਿਲ ਗਈ, ਨਾਲ ਇੰਗਲਿਸ਼ ਦੇ ਵਿੱਚ ਵੀ ਤਰਜਮਾ ਹੈਗਾ। ਅਗਰ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਦੇਖਣਾ ਚਾਹੁਣ, ਪੜ੍ਹਨਾ ਚਾਹੁਣ ਤਾਂ ਜ਼ਰੂਰ ਪੜ੍ਹ ਸਕਦੇ ਨੇ। ਪਰ ਜ਼ਰੂਰ ਜਿਹੜੀ ਜਾਣਕਾਰੀ ਆ ਅੱਜ ਇਸ ਪ੍ਰੋਗਰਾਮ ਤੋਂ ਇਲਾਵਾ ਵੀ ਘਰਾਂ ਦੇ ਵਿੱਚ ਵੀ ਬੱਚਿਆਂ ਨੂੰ ਜ਼ਰੂਰ ਇਹ ਜਾਣਕਾਰੀ ਦੇਣੀ ਬਣਦੀ ਹੈ ਕਿ ਕੀ ਹੋਇਆ ਸੀ, ਕਿਹੜਾ ਇਤਿਹਾਸ ਸਾਡਾ ਹੈਗਾ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਤੁਹਾਡੇ ਰੂਬਰੂ ਅਤੇ ਪ੍ਰੋਗਰਾਮ ਦੇ ਵਿੱਚ। ਅੱਜ ਮੈਂ ਜਿਵੇਂ ਗੱਲਬਾਤ ਕਰ ਰਿਹਾ ਵੀ ਮੈਂ ਚਾਹੁੰਦਾ ਕਿ ਤੁਸੀਂ ਜਾਣਕਾਰੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਬਾਰੇ ਦਿਓ, ਇਤਿਹਾਸ ਦੀ ਜਾਣਕਾਰੀ, ਜੰਗਾਂ ਦੀ ਜਾਣਕਾਰੀ ਦੇ ਸਕਦੇ ਹਾਂ, ਜਾਂ ਹੋਰ ਜਿਹੜੀ ਜਾਣਕਾਰੀ ਆਮ ਸਾਡੇ ਤੋਂ ਜ਼ਿਆਦਾ ਦੂਰ ਹੈ, ਜਾਂ ਜਿਹੜੀ ਜਾਣਕਾਰੀ ਅਸੀਂ ਬਹੁਤ ਘੱਟ ਵਰਤਦੇ ਸੁਣਦੇ ਹਾਂ, ਉਹ ਜ਼ਰੂਰ ਜਾਣਕਾਰੀ ਦਿਓ। ਨਵੇਂ ਸਾਲ ਦੀ ਵੀ ਗੱਲਬਾਤ ਕਰ ਸਕਦੇ ਹਾਂ ਅਸੀਂ, ਗੱਲ ਨਹੀਂ, ਦੋਨੋਂ ਬੜੇ ਖੁਸ਼ੀ ਦੇ ਦਿਹਾੜੇ ਹੈਗੇ ਆ, ਪ੍ਰਕਾਸ਼ ਦਿਹਾੜਾ ਵੀ ਅਤੇ ਜਿਹੜਾ ਨਵਾਂ ਸਾਲ ਵੀ ਹੈਗਾ। ਪਰ ਮੈਂ ਥੋੜ੍ਹਾ ਜ਼ਿਕਰ ਕਰਨਾ ਪਹਿਲਾਂ ਭੁੱਲ ਗਿਆ, LA ਦੇ ਵਿੱਚ ਜਿਹੜੀ ਪੈਸਾਡੇਨਾ ਦੇ ਵਿੱਚ ਪਰੇਡ ਹੋਈ ਆ, ਰੋਜ਼ ਪਰੇਡ, ਉਹਦੇ ਵਿੱਚ ਐਤਕੀ ਸਿੱਖ ਫਲੋਟ ਜਿਹੜਾ ਸੀ ਉਹ ਭਾਈ ਘਨੱਈਆ ਜੀ ਦਾ ਥੀਮ ਸੀਗਾ, ਸੇਵਾ ਦਾ, ਇਨਸਾਨੀਅਤ ਦਾ ਥੀਮ ਸੀਗਾ, ਔਰ ਬਹੁਤ ਪਸੰਦ ਕੀਤਾ ਉੱਥੇ ਸਾਰੇ ਜਿਹੜੇ 4 ਤੋਂ 5 ਲੱਖ ਲੋਕ ਸੀਗੇ, ਹੋਰਾਂ ਕੰਟਰੀ ਦੇ, ਆਪਣੇ ਤਾਂ ਬਹੁਤ ਘੱਟ ਸੀਗੇ ਪਰ ਬਹੁਤ ਘੱਟ ਸੀਗੇ, ਨਾ ਮਾਤਰ ਜੇ ਸੀ ਆਪਣੇ ਤਾਂ, ਪਰ ਜਿਹੜੇ 4-5 ਲੋਕ ਸੀ ਉਹਨੇ ਬਹੁਤ ਪਸੰਦ ਕੀਤਾ। TV ਦੇ ਉੱਪਰ 170-175 ਮੁਲਕਾਂ ਦੇ ਵਿੱਚ ਇਹ ਦਿਖਾਇਆ ਗਿਆ ਫਲੋਟ, ਜਿਹੜਾ ਬੜੀ ਮਾਣ ਦੀ ਗੱਲ ਹੈ ਸਿੱਖਾਂ ਵਾਲੀ। ਮੈਂ ਅੱਜ ਅਰਜਨ ਸਿੰਘ ਅਣਜਾਣ ਸਾਹਿਬ ਉਹਨਾਂ ਨੂੰ ਫੋਨ 'ਤੇ ਥੋੜ੍ਹੀ ਦੇਰ ਵਾਸਤੇ ਲਵਾਂਗਾ, ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕੁਛ ਇਤਿਹਾਸ ਦੀ ਜਾਂ ਕੋਈ ਹੋਰ ਜਾਣਕਾਰੀ ਜਿਹੜੀ ਹੈ ਉਹਨਾਂ ਦੇ ਸਮੁੰਦਰ ਦਾ ਜਿਹੜਾ ਖਜ਼ਾਨਾ ਹੈਗਾ ਉਹਦੇ ਵਿੱਚੋਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸਰਦਾਰ ਅਰਜਨ ਸਿੰਘ ਜੀ ਅਣਜਾਣ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਪੈਰੀ ਪਿੰਨਾ ਅਣਜਾਣ ਸਾਹਿਬ। ਹੋਰ ਜੀ, ਸਿਹਤ ਤਾਂ ਠੀਕ ਹੈ ਜੀ? ਨਵਾਂ ਸਾਲ ਬਹੁਤ ਬਹੁਤ ਮੁਬਾਰਕ ਜੀ ਅੱਜ, ਔਰ ਪ੍ਰਕਾਸ਼ ਦਿਹਾੜੇ ਦਾ ਬਹੁਤ ਬਹੁਤ ਵਧਾਈਆਂ ਜੀ। ਸਾਲ ਵੀ ਤੁਰ ਗਏ, ਸਦੀਆਂ ਤੁਰ ਗਈਆਂ, ਸਾਲ ਵੀ ਤੁਰ ਗਏ, ਸਦੀਆਂ ਤੁਰ ਗਈਆਂ, ਸਦੀਆਂ ਤੁਰ ਗਈਆਂ, ਤੁਰ ਗਏ ਬੀਤ ਕੇ ਯੁੱਗ ਜੀ, ਕਿੱਥੇ ਗਏ ਬਹੁ ਗਏ, ਕੋਈ ਨਹੀਂ ਯੁੱਗ ਸੁਗ ਜੀ, ਕਿੱਥੇ ਗਏ ਬਹੁ ਗਏ, ਕਿਆ ਬਾਤ ਹੈ ਜੀ, ਨਹੀਂ ਯੁੱਗ ਸੁਗ ਜੀ, ਕਿੱਥੇ ਗਏ ਬਹੁ ਗਏ, ਕਿਆ ਬਾਤ ਹੈ, ਕਿਆ ਬਾਤ ਹੈ, ਵਾਹ ਜੀ ਜੀ। ਜਗਈਆ ਸਾਹਿਬ ਜੀ, ਆਪ ਤੇ ਦਰਸ਼ਕਾਂ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ ਬਹੁਤ ਬਹੁਤ ਅਣਜਾਣ ਸਾਹਿਬ। ਧੰਨਵਾਦ ਰੱਬ ਦੇ ਯਾਦ ਕਰਨ ਦੇ, ਤੇ ਪਹਿਲਾਂ ਸਭ ਤੋਂ 2019 ਬੀਤਿਆ ਜੀ, ਉਹਨੂੰ ਬੀਤੇ ਨੂੰ ਧੰਨਵਾਦ ਨਮਸਕਾਰ ਕਰਦੇ, ਸਮਾਂ ਭੁਗਤਾ ਕੇ ਗਏ, ਤੇ 2020 ਨੂੰ ਜੀ ਆਇਆ ਜੀ, ਆਰੰਭ ਹੋਇਆ ਜਿਹੜਾ, ਤੇ ਸੁਖੀਆਂ ਭਰਿਆ ਤੇ ਸਦਰਾਂ ਭਰਿਆ, ਤੇ ਸਾਰਿਆਂ ਨੂੰ ਚਾਹੋ ਮਲਾਰਾਂ ਨਾਲ ਸੰਜੋਗ ਉਹ ਆਪਦੀ ਪਿਆਰ ਸਤਿਕਾਰ ਵਿੱਚ ਲੈ ਕੇ ਸਮਾਂ ਗੁਜ਼ਾਰੇ ਜੀ, ਬਹੁਤ ਮਿਹਰਬਾਨੀ ਜੀ। ਤੇ ਅੱਜ ਆ ਦਿਹਾੜਾ ਕਲਗੀਧਰ ਪਾਤਸ਼ਾਹ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜੀ।
ਇਹ ਸਾਰੇ ਸਮੇਂ ਸਾਰੇ ਸੰਗਤਾਂ ਨੂੰ ਲੱਖ ਲੱਖ ਰੋਮ ਰੋਮ ਵੱਲੋਂ ਮੁਬਾਰਕਾਂ ਆ ਜੀ। ਜੀ ਬਿਲਕੁਲ, ਬਹੁਤ ਬਹੁਤ ਜੀ। ਪਰ ਸਾਥੋਂ ਪੂਰਿਆਂ ਨੇ ਅਧੂਰਿਆਂ ਤੋਂ ਸੋਭਾ ਨਹੀਂ ਸਾਂਭ ਹੁੰਦੀ ਜੀ। ਸਾਨੂੰ ਅਧੂਰਿਆਂ ਨੂੰ ਪੂਰਿਆਂ ਦੀਆਂ ਸੇਵਾਵਾਂ ਤੇ ਕੁਰਬਾਨੀਆਂ ਦੇ ਨੇ ਭਾਗ ਲਾਏ ਹੋਏ ਆ, ਤਾਂ ਹੀ ਸਾਡੀ ਆ ਜਿਹੜੀ ਜੀਵਨੀ ਸੁਹਾਵਣੀ ਬਣੀ ਹੋਈ ਹੈ ਜੀ। ਬਿਲਕੁਲ ਜੀ, ਇਸ ਸਮੇਂ 'ਚ ਬਹੁਤ ਹੀ ਜੋਖਮ ਭਰਿਆ ਸਮਾਂ ਸਿੱਖੀ ਵਾਸਤੇ ਲੰਘਿਆ, ਜੋ ਚਮਕੌਰ ਸਾਹਿਬ ਤੇ ਮੁਕਤਸਰ ਸਾਹਿਬ ਦੀ ਹੈ, ਇਹ ਸਿੱਖੀ ਦੀਆਂ ਮੈਂ ਦੋਵੇਂ ਯੂਨੀਵਰਸਿਟੀਆਂ ਸਮਝਦਾ ਜੀ। ਵਾਹ ਜੀ ਵਾਹ, ਚਮਕੌਰ ਸਾਹਿਬ ਤੇ ਮੁਕਤਸਰ ਸਾਹਿਬ। ਹਾਂਜੀ, ਇਹ ਦੋਵੇਂ ਯੂਨੀਵਰਸਿਟੀਆਂ ਵਾ ਸਿੱਖੀ ਦੀਆਂ, ਇੱਥੇ ਸਿੱਖੀ ਦੇ ਬੜੇ ਪਰਚੇ ਪਏ ਆ ਜੀ। ਇਹਨਾਂ ਦੇ ਵਿਦਿਆਰਥੀ ਜਾਨਾਂ ਨਿਸ਼ਾਵਰ ਕਰਨ ਵਾਲੇ ਸਿੰਘ ਤੇ ਸਿੰਘਣੀਆਂ ਸ਼ਹੀਦ ਜਿੱਥੇ ਚਮਕੌਰ ਸਾਹਿਬ ਤਿੰਨ ਪਿਆਰੇ ਪੰਜ ਪਿਆਰਿਆਂ ਚੋਂ ਸ਼ਹੀਦ ਹੋਏ, ਦੋ ਸਾਹਿਬਜ਼ਾਦੇ ਤੇ ਬਾਕੀ ਸਿੰਘ ਜੀ। ਮੁਕਤਸਰ ਸਾਹਿਬ ਤੇ 40 ਸਿੰਘ ਸ਼ਹੀਦ ਹੋਏ ਤੇ ਇਹਨਾਂ ਦੇ ਇਹ ਬਾਕੀ ਸ਼ਹੀਦਾਂ ਨੂੰ ਮੈਂ ਵਿਦਿਆਰਥੀ ਇਹਨਾਂ ਸਮਝਦਾ, ਸ਼ਹਿਨਸ਼ਾਹ ਕਲਗੀਧਰ ਪਾਤਸ਼ਾਹ ਨੂੰ ਮੈਂ ਪ੍ਰਿੰਸੀਪਲ ਸਮਝਦਾ ਇਹਨਾਂ ਦੇ। ਵਾਹ ਜੀ ਵਾਹ ਜੀ ਵਾਹ, ਇਹਨਾਂ ਦੇ ਸਾਰੇ ਪ੍ਰੋਗਰਾਮ ਦੇ ਪ੍ਰਿੰਸੀਪਲ ਆਪ ਦੋ ਜਹਾਨ ਦੇ ਵਾਲੀ ਦਸ਼ਮੇਸ਼ ਪਿਤਾ ਜੀ ਹੋਏ, ਜਿਨ੍ਹਾਂ ਨੂੰ ਕੋਟਾਂ ਕੁਟਾਨ ਨਮਸਕਾਰ ਕੀਤਿਆਂ ਵੀ ਨਹੀਂ ਪੂਰੀ ਹੋ ਸਕਦੀ ਜੀ। ਇਹਨਾਂ ਦੇ ਸ਼ਹੀਦਾਂ ਦੇ ਇਹਨਾਂ ਵਿਦਿਆਰਥੀਆਂ ਚ ਜਿੱਥੇ ਸਿੰਘ ਤੇ ਉੱਥੇ ਬੀਬੀਆਂ ਦੇ, ਉਹਨਾਂ ਦੇ ਮੈਂ ਨਾਮ ਹੀ ਲੈਣਾ ਚਾਹੁੰਦਾ ਵਾ ਜੀ। ਉਹਨਾਂ ਪਹਿਲੀ ਸਭ ਤੋਂ ਸ਼ਹੀਦੀ ਹੈਗੀ ਬੀਬੀ ਭਿਖਾ ਜੀ। ਬੀਬੀ ਭਿਖਾ ਜੀ ਜੀ ਜੀ। ਦੂਜੀ ਹਰਸ਼ਰਨ ਕੌਰ ਜੀ ਨੇ ਸਿੰਘਾਂ ਦਾ ਸੰਸਕਾਰ ਕੀਤਾ ਜੀ। ਬਿਲਕੁਲ ਜੀ, ਹਾਂਜੀ। ਤੀਜੀ ਮਮਤਾਜ਼। ਅੱਛਾ ਜੀ। ਤੇ ਚੌਥੀ ਬਸੰਤ ਲਤਾ ਜੀ। ਪੰਜਵੀਂ ਮਾਈ ਭਾਗੋ ਜੀ। ਤੇ ਛੇਵੀਂ ਤੇ ਮੈਂ ਕੀ ਆਖਾਂ, ਜਿਹਨੇ ਜਹਾਨ ਦੇ ਸਾਰੇ ਦੁੱਖ ਨੂੰ ਆਪਦੇ ਕਲਾਜ ਤੇ ਲਾਏ, ਕਦੇ ਉਫ ਨਹੀਂ ਕੀਤੀ, ਉਹ ਹੈ ਮਾਤਾ ਗੁਜਰੀ ਜੀ। ਜੀ ਜੀ ਜੀ। ਜਿਹਨੇ ਸਭ ਤੋਂ ਵੱਧ ਕੌਮੀ ਦਰਦ ਉਮਰ ਭਰ ਸਵਾਸ ਸਿੱਖੀ ਦੇ ਲੇਖੇ ਲਾ ਦਿੱਤਾ ਜੀ। ਬਿਲਕੁਲ, ਕੋਟਾਂ ਕੁਟਾਨ ਨਮਸਕਾਰ ਉਹਨਾਂ ਨੂੰ, ਤੇ ਉਸ ਮਾਤੇ ਉਹ ਮਾਤਾ ਉਹ ਆ ਜਿਹਨੂੰ ਜਦੋਂ ਮੋਤੀ ਲਾਲ ਦੁੱਧ ਪਿਆਉਣ ਗਿਆ ਸਾਹਿਬਜ਼ਾਦਿਆਂ ਨੂੰ ਤੇ ਵਾਪਸ ਮੁੜਨ ਲੱਗਾ ਜੀ, ਤੇ ਮੋਤੀ ਲਾਲ ਜੀ ਕਹਿੰਦੇ ਮਾਤਾ ਜੀ ਮੈਂ ਭਰ ਕੇ ਵੀ ਦੁੱਧ ਲੈ ਕੇ ਆਊਂਗਾ ਜੀ। ਮਾਤਾ ਜੀ ਕਹਿੰਦੇ ਮੋਤੀ ਨਾ ਭਰ, ਤੂੰ ਨਾ ਦੁੱਧ ਨਾ ਭਰ ਕੇ ਲਿਆਵੀ ਜੀ। ਉਹ ਕਹਿੰਦਾ ਜੀ ਨਹੀਂ, ਕਿਉਂ ਨਾ ਲਿਆਉ, ਕਹਿੰਦੀ ਮੈਨੂੰ ਦੂਜੇ ਪੋਤਿਆਂ ਦਾ ਵੀ ਫਿਕਰ ਆ ਜੀ। ਹੈਰਾਨ ਹੋ ਗਿਆ ਉਹ, ਕਹਿੰਦਾ ਹੈ ਮਾਤਾ ਜੀ ਦੂਜੇ ਪੋਤੇ ਕਿੱਥੇ ਆ ਜੀ। ਉਹ ਕਹਿੰਦੀ ਮੋਤੀ ਜਿਹੜੇ ਤੇਰੇ ਵਾਲੇ ਉਹ ਨੀ ਮੇਰੇ। ਮੈਂ ਤਾਂ ਸਮਝਦਾ ਆਪਾਂ ਸਾਰੇ ਮਾਤਾ ਗੁਜਰੀ ਦੇ ਪੋਤੇ ਹੀ ਆ। ਬਿਲਕੁਲ ਜੀ। ਇਸ ਸਮੇਂ ਨੂੰ ਕੋਟਾਂ ਕਟਾਂ ਨਮਸਕਾਰ ਤੇ ਮੁਬਾਰਕਾਂ ਤੇ ਬਾਕੀ ਕੁਝ ਲਾਈਨਾਂ ਸ਼ਹਿਨਸ਼ਾਹ ਦੇ ਸੇਵਾ ਵਿੱਚ ਉਹਨਾਂ ਨੂੰ ਨਮਸਕਾਰ ਵਜੋਂ। ਜ਼ਰੂਰ ਜੀ ਜ਼ਰੂਰ ਜੀ। ਮੈਂ ਸੁਣਿਆ ਉਹਨਾਂ ਦਾ ਹੋਏ ਇਕਬਾਲ ਉੱਚਾ, ਜਿਹੜੇ ਤੇਰੀ ਦਲੀਜ ਤੇ ਝੁਕ ਜਾਂਦੇ ਫੇਰ ਉਹਨਾਂ ਨੂੰ ਆਸਾਂ ਦਾ ਬੂਰ ਲੱਗੇ, ਬੂਟੇ ਜਿਹੜੇ ਤਕਦੀਰ ਨਾਲ ਸੁੱਕ ਜਾਂਦੇ, ਜੀਵਨ ਲਹਿਰ ਉਹਨਾਂ ਵਿੱਚ ਹੋਏ ਪੈਦਾ, ਸੋਮੇ ਜ਼ਿੰਦਗੀ ਦੇ ਜਿਹਦੇ ਰੁਕ ਜਾਂਦੇ, ਸ਼ਰਧਾ ਨਾਲ ਜੋ ਤੇਰੇ ਦਰਬਾਰ ਆਵੇ ਪੈਂਡੇ ਉਹਦੇ 84 ਦੇ ਮੁੱਕ ਜਾਂਦੇ ਜੀ। ਫਿਰ ਇਹ ਉਜੜ ਕੇ ਵਸਣਾ ਸਿੱਖ ਲੈਂਦੇ, ਜਿਹੜੀ ਜੁਦਾ ਹੋਵੇ ਦਾਮਨ ਗੀਰ ਤੇਰੀ ਕੱਟ ਦਿੰਦੀ ਹੈ ਜਨਮਾਂ ਦੇ ਰੋਗ, ਤੇ ਅਧੀਰ ਸੱਚ ਦੀ ਨਿਗਾਹ ਸੀਰ ਤੇਰੀ ਜੀ। ਮਾਈ ਮੇਰਿਆ ਹੇਮਕੁੰਡ ਵਾਸੀ ਆਵੇ, ਮਹਿਮਾ ਸੁਣ ਕੇ ਬੇਨਜ਼ੀਰ ਤੇਰੀ,
ਮੈਂ ਦੁਨੀਆਦਾਰੀ ਨੀ ਛੱਡ ਕੇ ਬਾਦਸ਼ਾਹੀ ਤੇ ਸ਼ਰਨ ਆ ਗਿਆ ਰੱਬੀ ਫਕੀਰ ਤੇਰੀ ਜੀ। ਜੋਗੇ ਵਾਂਗ ਹੁਣ ਜੋਗੀ ਆ ਤੇਰੇ ਜੋਗਾ, ਐਸੀ ਪਈ ਕੋਈ ਪ੍ਰੇਮ ਜੰਜੀਰ ਤੇਰੀ ਜੀ। ਦਿਲ ਤੇ ਉਕਰੇ ਨਕਸ਼ੇ ਆਨੰਦਪੁਰ ਦੇ, ਵਸਦੀ ਅੱਖੀਆਂ ਵਿੱਚ ਤਸਵੀਰ ਤੇਰੀ। ਦੱਸਦੇ ਰਾਹ ਸਵਰਗ ਦਾ ਭੌਰਿਆਂ ਨੂੰ, ਚਰਨ ਕਮਲਾਂ ਦੀ ਇੱਕ ਇੱਕ ਲਕੀਰ ਤੇਰੀ। ਮੈਨੂੰ ਦਾਸ ਨੂੰ ਯੋਰੀ ਬਣਾ ਦੇਗੀ, ਯੋਰੀ ਸੱਚ ਦੀ ਨਿਗਾਹ ਅਕਸੀਰ ਤੇਰੀ। ਚੌਰੀ ਸੱਚ ਦੀ ਨਿਗਾਹ ਅਕਸੀਰ ਤੇਰੀ। ਤੇਰੇ ਚਰਨ ਕਮਲਾਂ ਨੂੰ ਕੋਟਾਂ ਕੁਟਾਂ ਨਮਸਕਾਰ। ਧੰਨਵਾਦ ਸੰਗਤਾਂ ਨੂੰ, ਸਤਿ ਸ੍ਰੀ ਅਕਾਲ, ਮੁਬਾਰਕਾਂ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਅਨਜਾਨ ਸਾਹਿਬ, ਤੁਹਾਡਾ ਬੜੀ ਵਧੀਆ ਜਾਣਕਾਰੀ ਜਿਹੜੀ ਤੁਸੀਂ ਸਾਂਝੀ ਕਰਦੇ ਹੋ। ਅਤੇ ਮੈਂ ਸਾਡੇ ਦਰਸ਼ਕਾਂ ਨੂੰ ਇਹ ਥੋੜ੍ਹਾ ਜਿਹਾ ਜ਼ਰੂਰ ਪੁੱਛਣਾ ਚਾਹੁੰਦਾ ਕਿ ਅੱਜ ਦੇ ਜਿਹੜੇ ਇਤਿਹਾਸ ਦੀ ਜਾਣਕਾਰੀ ਦੀ, ਉਹ ਨਾਲ ਨਾਲ ਨਵੇਂ ਸਾਲ ਦੀ ਗੱਲਬਾਤ ਕਰਨੀ ਚਾਹੁੰਦੇ ਹੋ। ਨਵੇਂ ਸਾਲ ਦਾ ਕੋਈ ਚੰਗਾ ਮਾੜਾ ਸਮਾਂ ਲੰਘਿਆ ਹੋਵੇ ਤਾਂ ਉਹ ਵੀ ਸਾਡੇ ਦਰਸ਼ਕਾਂ ਨਾਲ, ਲੱਖਾਂ ਦੇ ਨਾਲ ਸਾਂਝੀ ਕਰ ਸਕਦੇ। ਮੁਕਤੀ ਦਾ ਗੱਲ ਇਹ ਹੈ ਕਿ ਜਿਵੇਂ ਅਸੀਂ ਪ੍ਰੋਗਰਾਮ ਕਰੀਦਾ, ਤਾਂ ਇਹਦੇ ਵਿੱਚ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿੱਥੇ ਸਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਹਾਸਿਲ ਹੋਵੇ, ਉੱਥੇ ਹੀ ਨਾਲ ਦੀ ਨਾਲ ਅਸੀਂ ਕੋਈ ਚੰਗੀਆਂ ਗੱਲਾਂ, ਚਲੋ ਹਾਸੇ ਮਜ਼ਾਕ ਦੀਆਂ ਗੱਲਾਂ ਵੀ ਹੁੰਦੀਆਂ, ਉਹ ਵੀ ਸਾਰੀਆਂ ਨਾਲ ਨਾਲ ਜਿਹੜੀਆਂ ਕਰੀਏ। ਅਤੇ ਨਵੇਂ ਸਾਲ ਦੀ ਜੇ ਗੱਲ ਕਰੀਏ ਤਾਂ ਨਵਾਂ ਸਾਲ ਸਾਡਾ ਜਿਹੜਾ ਸੀਗਾ, ਉਹ ਤੁਸੀਂ ਦੇਖਿਆ ਅਸੀਂ ਐਲਏ ਦੇ ਵਿੱਚ ਹੀ ਸੀਗੇ, ਲੋਸ ਐਂਜਲਸ ਦੇ ਵਿੱਚ। ਮੌਸਮ ਵਧੀਆ ਸੀਗਾ, ਠੰਡ ਜ਼ਿਆਦਾ ਨਹੀਂ ਸੀ। ਅਗਲੇ ਦਿਨ ਤੜਕੇ 3 ਵਜੇ ਅਸੀਂ ਪਹੁੰਚੇ ਹੈਗੇ ਹਾਂ ਜਿੱਥੇ ਪਰੇਡ ਸ਼ੁਰੂ ਹੋਣੀ ਹੈ। ਉੱਥੇ ਬੜਾ ਵਧੀਆ ਸਿਸਟਮ ਹੈਗਾ, ਪੰਜਾਬੀ ਪਰ ਉੱਥੇ ਘੱਟ ਪਹੁੰਚਦੇ ਨੇ ਮੈਨੂੰ ਲੱਗਦਾ, ਤੜਕੇ ਜਾਣਾ ਔਖਾ। 8 ਵਜੇ ਪਰੇਡ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਪੂਰੇ, ਅਤੇ ਸਾਰੀ ਰਾਤ ਉੱਥੇ ਰਹਿਸਲਾਂ ਚੱਲਦੀਆਂ ਨੇ ਲੋਕਾਂ ਦੀਆਂ ਜਿਹੜੇ ਪਰਫੋਰਮਰ ਨੇ। 8 ਵਜੇ ਤੋਂ 1 ਸਕਿੰਟ ਵੀ ਲੇਟ ਨਹੀਂ ਹੁੰਦਾ, ਕਾਊਂਟਡਾਊਨ ਦੇ ਕੇ ਉਹ ਪਰੇਡ ਜਿਹੜੀ ਸ਼ੁਰੂ ਕਰ ਦਿੰਦੇ ਆ। ਅਤੇ 44 ਜਿਹੜੇ ਫਲੋਟ ਸੀਗੇ ਟੋਟਲ, 44 ਅਲੱਗ ਅਲੱਗ ਕੰਟਰੀਆਂ ਦੇ, ਅਲੱਗ ਅਲੱਗ ਕਮਿਊਨਿਟੀਆਂ ਦੇ, ਜਿਨ੍ਹਾਂ ਦੇ ਵਿੱਚੋਂ ਅਗਰ ਅਸੀਂ ਏਸ਼ੀਆ ਦੀ ਗੱਲ ਕਰੀਏ ਤਾਂ ਉਹ ਸਿਰਫ ਸਾਡਾ ਜਿਹੜਾ ਫਲੋਟ ਹੈ ਸਿੱਖ ਫਲੋਟ ਦਾ, ਅਮੈਰੀਕਨ ਸਿੱਖ ਫਲੋਟ ਫਾਊਂਡੇਸ਼ਨ ਵੱਲੋਂ ਤਿਆਰ ਕੀਤਾ ਗਿਆ ਸੀਗਾ। ਬਹੁਤ ਵਧੀਆ ਭਾਈ ਕਨਈਆ ਜੀ ਦੀ ਉਹ 'ਚ ਸੇਵਾ ਦੱਸਦੇ ਸੀ, ਔਰ ਅਸਾਂ ਬੜੀ ਖੁਸ਼ੀ ਦੀ ਗੱਲ ਹੋਈ ਜਦੋਂ ਅਸੀਂ ਦੱਸਦੇ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਅਜਿਹੇ ਭਗਤ ਸੀ, ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਅਜਿਹੇ ਸਿੰਘ ਸੀਗੇ ਭਾਈ ਕਨਈਆ ਜੀ, ਜਿਨ੍ਹਾਂ ਨੂੰ ਦੁਸ਼ਮਣ ਜਿਹੜੇ ਹੈ ਉਹ ਦਿਸਦੇ ਹੀ ਨਹੀਂ ਸੀਗੇ। ਪਤਾ ਹੀ ਹੋਏਗਾ ਤੁਹਾਨੂੰ, ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਕਨਈਆ ਜੀ ਦੀ ਸੇਵਾ ਜਿਹੜੀ ਹੈਗੀ ਹੈ ਉਹ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਰਹੇ, ਅਤੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਜਾ ਕੇ ਕਿ ਭਾਈ ਉਹ ਤਾਂ ਦੁਸ਼ਮਣਾਂ ਨੂੰ ਪਾਣੀ ਪਿਲਾਈ ਜਾਂਦੇ ਆ। ਅਤੇ ਉਹ ਬੁਲਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਅਤੇ ਕਹਿੰਦੇ ਫਿਰ ਉਹਨਾਂ ਨੇ ਕਿਹਾ ਜੀ ਮੈਨੂੰ ਤਾਂ ਕੋਈ ਦੁਸ਼ਮਣ ਦਿਸਦਾ ਹੀ ਨਹੀਂ, ਮੈਨੂੰ ਤਾਂ ਸਾਰਿਆਂ ਵਿੱਚ ਤੁਸੀਂ ਹੀ ਦਿਸਦੇ ਹੋ, ਇਨਸਾਨ ਹੀ ਸਾਰੇ ਦਿਸਦੇ ਨੇ, ਦੁਸ਼ਮਣ ਤਾਂ ਕੋਈ ਦੱਸਦਾ ਨਹੀਂ ਹੈਗਾ। ਤਾਂ ਫਿਰ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਨਾਲ ਮਰਮ ਪੱਟੀ ਜਿਹੜੀ ਆ ਉਹ ਵੀ ਲੈ ਜਾਂਦੇ ਸਾਰਿਆਂ ਦੇ, ਉਹ ਵੀ ਕਰੀ। ਸਭ ਤੋਂ ਵੱਡਾ ਸੁਨੇਹਾ ਜਿਹੜਾ ਹੈਗਾ ਉਹ ਇਹ ਸੁਨੇਹਾ ਜਿਹੜਾ ਭਾਈ ਕਨਈਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਪੂਰੀ ਦੁਨੀਆ ਨੂੰ, ਸਾਨੂੰ ਇਨਸਾਨੀਅਤ ਦਾ, ਸੇਵਾ ਦਾ, ਦਇਆ ਦਾ, ਇਹ ਇਹਦੂ ਵੱਡਾ ਕੁਛ ਨਹੀਂ ਹੋ ਸਕਦਾ। ਇਹ ਸਿਰਫ ਸਾਡੇ ਧਰਮ 'ਚ ਹੀ ਆ। ਹਾਂ, ਇਹ ਗੱਲ ਮੈਂ ਜ਼ਰੂਰ ਤੁਹਾਡੇ ਨਾਲ ਕਰਨੀ ਚਾਹੂੰਗਾ, ਇਹ ਸਿਰਫ ਸਾਡੇ ਧਰਮ ਸਿੱਖ ਧਰਮ ਦੇ ਵਿੱਚ ਹੀ ਹੈ, ਦਇਆ, ਸੇਵਾ। ਲੰਗਰ ਦੀ ਅਸੀਂ ਗੱਲ ਕਰੀਏ ਤਾਂ ਬੜੇ ਖੁਸ਼ ਹੁੰਦੇ ਨੇ ਗੋਰੇ, ਉੱਥੇ ਫਲੋਟ ਜਦੋਂ ਤਿਆਰ ਹੁੰਦੇ ਸੀ ਜਿੱਥੇ, ਤਾਂ ਉੱਥੇ ਲੰਗਰ ਆਪਣੇ ਫਲੋਟ 'ਤੇ ਨੇੜੇ ਤੇੜੇ ਲੰਗਰ ਹੁੰਦਾ ਸੀ, ਅਤੇ ਬਾਕੀ ਜਿਹੜੇ 40-45 ਫਲੋਟਾਂ ਵਾਲੇ, 4 ਤੋਂ 5 ਹਜ਼ਾਰ ਲੋਕ ਰੋਜ਼ ਆਉਂਦਾ ਸੀ ਉੱਥੇ, ਤਾਂ ਉਹ ਵੀ ਉੱਥੇ ਲੰਗਰ ਛੱਕ ਕੇ ਜਾਂਦੇ ਸੀ ਅਤੇ ਬੜੇ ਖੁਸ਼ ਹੁੰਦੇ ਸੀਗੇ। ਸੋ ਇਹ ਬੜਾ ਵੱਡਾ ਸੁਨੇਹਾ ਜਿਹੜਾ ਹੈਗਾ ਇਹ ਸਿਰਫ ਸਾਡੇ ਧਰਮ ਦੇ ਵਿੱਚ ਹੈਗਾ, ਕਿਉਂਕਿ ਉੱਥੇ ਜਦੋਂ ਉਹਨਾਂ ਨੂੰ ਡਿਸਕਸ ਕਰਦੇ ਸੀਗੇ, ਫਲੋਟ ਬਣਾਉਣ ਵੇਲੇ ਡਿਸਕਸ ਕਰਦੇ ਸੀਗੇ ਕਮੇਟੀ ਦੇ ਨਾਲ, ਇੱਕ ਇੱਕ ਚੀਜ਼ ਡਿਸਕਸ ਹੁੰਦੀ ਹੈ, ਪੁਆਇੰਟ ਟੂ ਪੁਆਇੰਟ, ਇਕੱਲੀ ਇਕੱਲੀ ਚੀਜ਼ ਕਿੰਨੇ ਫੁੱਲ ਲੱਗਣੇ ਕਿਹੜੇ ਫਲੋਟ 'ਤੇ। ਤਾਂ ਉਹਨਾਂ ਨੇ ਜਦੋਂ ਇਹ ਗੱਲ ਕਹੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਸਿੰਘ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦਾ ਸੀ, ਤਾਂ ਉਹਨਾਂ ਨੇ ਇਸ ਗੱਲ 'ਤੇ ਇਤਰਾਜ਼ ਕੀਤਾ ਵੀ ਤੁਸੀਂ ਇਹ ਗੱਲ ਅਮੈਰੀਕਨ ਜਿਹੜੇ ਚੈਨਲ ਆ ਉਹਨਾਂ ਦੇ ਉੱਪਰ ਤੁਸੀਂ ਨਾ, ਕਿਉਂਕਿ ਅਮੈਰੀਕਾ ਦੀ ਇਹ ਫਿਤਰਤ ਨਹੀਂ ਹੈ ਕਿ ਦੁਸ਼ਮਣ ਨੂੰ ਵੀ ਪਾਣੀ ਪਿਲਾਈਏ, ਇਹ ਉਹਨਾਂ ਨੇ ਇਹ ਗੱਲ ਕਹੀ ਸੀਗੀ। ਸੋ ਇਹ ਸਿੱਖ ਧਰਮ ਨੂੰ ਇਹ ਮਾਣ ਹਾਸਲ ਹੈ, ਸਾਨੂੰ ਸਾਰਿਆਂ ਨੂੰ ਇਹ ਮਾਣ ਹਾਸਲ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦੀ ਕੁਰਬਾਨੀਆਂ ਕਰਕੇ। ਸੋ ਗੱਲਾਂ ਬਾਤਾਂ ਜਿਹੜੀਆਂ ਇਸੇ ਤਰ੍ਹਾਂ ਕਰਦੇ ਰਹਾਂਗੇ ਤੁਹਾਡੇ ਨਾਲ, ਤੁਸੀਂ ਵੀ ਕਾਲ ਕਰਕੇ ਆਪਣੇ ਦਿਲ ਦੀ ਕੋਈ ਗੱਲ ਕਰਨੀ ਹੈ, ਜਾਂ ਇਉਂ ਕਹਿ ਲਓ ਨਵੇਂ ਸਾਲ ਦੀ ਗੱਲ ਕਰਨੀ ਹੈ, ਜਾਂ ਗੁਰੂ ਸਾਹਿਬ ਦੀ ਤਾਰੀਫ ਦੇ ਵਿੱਚ 2 ਸ਼ਬਦ ਕਹਿਣੇ, ਜਾਂ ਕੋਈ ਇਤਿਹਾਸ ਦੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੇਣੀ ਹੈ, ਤਾਂ ਜ਼ਰੂਰ ਅੱਜ ਦਿਓ ਕਾਲ ਕਰਕੇ। ਨੰਬਰ ਸਕਰੀਨ 'ਤੇ ਆ ਰਿਹਾ, ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਗੱਲਬਾਤ ਚੱਲ ਰਹੀ ਹੈ, ਇੱਕ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਅਤੇ ਦੂਜਾ ਨਵੇਂ ਸਾਲ ਦੀ ਗੱਲਬਾਤ ਜਿਹੜੀ ਆ ਉਹ ਵੀ ਕਰ ਸਕਦੇ ਆਪਾਂ। ਕਾਲ ਲਾ ਲੈਂਦੇ ਤੁਹਾਡੀਆਂ, ਫਟਾਫਟ ਜਾਣਦੇ ਹਾਂ ਵਿਚਾਰ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ ਤੀਰ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ,
ਮੈਂ ਸਾਰਿਆਂ ਨੂੰ ਪਹਿਲਾਂ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ। ਹਾਂਜੀ, ਮੈਂ ਉਹਨਾਂ ਸਾਰਿਆਂ ਨੂੰ ਜਿਹੜੇ ਜਿਨ੍ਹਾਂ ਨੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਮਨਾਇਆ, ਜਾਂ ਜਿਹੜੇ ਕਈ 5 ਜਨਵਰੀ ਨੂੰ ਮਨਾ ਰਹੇ ਨੇ, ਉਹਨਾਂ ਸਾਰਿਆਂ ਨੂੰ ਵੀ ਜੀ ਬਹੁਤ ਬਹੁਤ ਸਾਰੀ ਲੁਕਾਈ ਨੂੰ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ। ਮੁਬਾਰਕਾਂ ਜੀ, ਮੁਬਾਰਕਾਂ ਬਹੁਤ ਬਹੁਤ ਜੀ। ਜੀ ਅੱਛਾ, ਇਹ ਜਿਹੜਾ ਤੁਸੀਂ ਸ਼ਬਦ ਲਾਇਆ ਮਿੱਤਰ ਪਿਆਰੇ ਨੂੰ ਹਰ ਮਰੀਜ਼ਾਂ ਦਾ ਅਸੀਂ ਕਹਿਣਾ, ਨਹੀਂ ਅਸੀਂ ਦੇਸ਼ ਸੇਵਾ ਵਰ ਮੋਹੇ ਇਹ ਹੈ ਲਾਇਆ। ਹਾਂਜੀ, ਦੇਸ਼ ਸੇਵਾ ਸੋਰੀ, ਤੇ ਉਹਨਾਂ ਨੇ ਸੇਵਾ ਵਰ ਮੋਹੇ ਸ਼ੁਭ ਕਰਮ ਤੇ ਕਰੁਣਾ ਡਰੂ, ਇਹ ਮੁਹੰਮਦ ਰਫੀ ਸਾਹਿਬ ਨੇ ਵੀ ਗਾਇਆ ਔਰ ਇਸ ਮਿਊਜ਼ਿਕ ਡਾਇਰੈਕਟਰ ਦੇ ਵਿੱਚ ਐਸ ਮਹਿੰਦਰ ਦੇ ਮਿਊਜ਼ਿਕ ਦੇ ਵਿੱਚ ਮਹਿੰਦਰ ਕਪੂਰ ਸਾਹਿਬ ਨੇ ਗਾਇਆ ਸੀ ਨਾਨਕ ਨਾਮ ਜਹਾਜ਼ ਫਿਲਮ ਦੇ ਵਿੱਚ। ਹਾਂਜੀ ਹਾਂ, ਬਹੁਤ ਵਧੀਆ ਸੀ। ਹਾਂਜੀ, ਦੋਨਾਂ ਨੇ ਬਹੁਤ ਸ਼ਾਨਦਾਰ ਗਾਇਆ ਜੀ, ਦੋਨੇ ਹੀ ਮਹਾਨ ਕਲਾਕਾਰ ਸੀ ਆਪਣੇ ਜਮਾਨੇ ਦੇ। ਤੀਜਾ ਸੁਖਵਿੰਦਰ ਨੇ ਗਾਇਆ ਆਪਣੇ, ਸੁਖਵਿੰਦਰ ਸਿੰਘ ਬੰਬੇ ਵਾਲੇ ਨੇ। ਹਾਂਜੀ ਹਾਂਜੀ, ਬਾਕੀ ਆਮ ਰਾਗੀਆਂ ਨੇ ਵੀ ਗਾਏ ਨੇ। ਅੱਛਾ ਧੀਰ ਸਾਹਿਬ, ਜਿਹੜੇ 4 ਸਾਹਿਬਜ਼ਾਦੇ ਸੀਗੇ, ਮੈਂ ਪੜ੍ਹ ਰਿਹਾ ਸੀ ਕਿਤੇ ਵੀ 3 ਜਿਹੜੇ ਸੀਗੇ ਉਹ ਮਾਤਾ ਜੀਤੋ ਜੀ ਤੋਂ ਸੀ, ਅਤੇ ਚੌਥੇ ਜਿਹੜੇ ਅਜੀਤ ਸਿੰਘ ਹੈਗੇ ਨੇ ਉਹ ਮਾਤਾ ਸੁੰਦਰੀ ਜੀ ਤੋਂ ਸੀਗੇ। ਜਿਹੜੇ ਸੀ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ, ਇਹ ਦੋਨੋਂ ਸੀ ਮਾਤਾ ਸੁੰਦਰੀ ਜੀ ਦੇ। ਅੱਛਾ ਜੀ, ਤੇ ਬਾਕੀ ਦੇ ਜਿਹੜੇ 2 ਛੋਟੇ ਸਾਹਿਬਜ਼ਾਦੇ ਸੀ ਜੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਸੀ ਮਾਤਾ ਜੀਤੋ ਜੀ ਦੇ। ਅੱਛਾ, ਜਿਹੜੀ ਤੀਜੀ ਸੀਗੇ ਧਰਮ ਪਤਨੀ, ਆਪਾਂ ਮਹਿਲ ਦੀ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਉਹ ਸਾਹਿਬ ਕੌਰ, ਉਹ ਖਾਲਸੇ ਦੀ ਮਾਤਾ ਹੋਈ ਆ। ਖਾਲਸੇ ਦੀ ਮਾਤਾ ਹੋਈ ਨੇ। ਹਾਂਜੀ, ਜਿਹਨਾਂ ਨੇ ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ ਸੀ ਖਾਲਸਾ ਪੰਥ ਸਾਜਿਆ, ਤੇ ਉਹਦੇ ਵਿੱਚ ਪਤਾਸੇ ਲਿਆ ਕੇ ਮਾਤਾ ਸਾਹਿਬ ਕੌਰ ਨੇ ਪਾਏ ਸੀ। ਅੱਛਾ, ਮੈਂ ਪੜ੍ਹ ਰਿਹਾ ਸੀ ਧੀਰ ਸਾਹਿਬ ਕਿ 3 ਜਿਹੜੇ ਸਾਹਿਬਜ਼ਾਦੇ ਨੇ ਉਹ ਮਾਤਾ ਜੀਤੋ ਦੇ ਸੀ ਤੇ 1 ਮਾਤਾ ਸੁੰਦਰੀ, ਇਹ ਸੱਚਾਈ ਕੋਈ ਹੈ ਆਈਡੀਆ ਵੀ ਇਤਿਹਾਸ ਕਈ ਕੀ ਹੋ ਸਕਦਾ ਸਹੀ ਇਤਿਹਾਸ? ਕਈ ਇਤਿਹਾਸਕਾਰ ਕੁਛ ਹੋਰ ਲਿਖੀ ਜਾਂਦੇ ਨੇ, ਕਈ ਹੋਰ ਲਿਖੀ ਜਾਂਦੇ ਨੇ, ਪਰ ਮੈਂ ਤਾਂ ਅੱਜ ਤੱਕ ਇਹੀ ਪੜ੍ਹਦਾ ਤੇ ਸੁਣਦਾ ਆਇਆ ਜੀ ਵੀ 2 ਵੱਡੇ ਸਾਹਿਬਜ਼ਾਦੇ ਮਾਤਾ ਸੁੰਦਰੀ ਜੀ ਦੇ ਤੇ 2 ਛੋਟੇ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ ਜੀ। ਚਲੋ, ਫਿਰ ਜਦੋਂ ਪਰਿਵਾਰ ਵਿਛੋੜਾ ਹੋਇਆ ਭਾਈ ਮਨੀ ਸਿੰਘ ਦੇ ਨਾਲ, ਇਹ ਤਿੰਨੋਂ ਦਿੱਲੀ ਨੂੰ, ਮਤਲਬ ਭਾਈ ਮਨੀ ਸਿੰਘ ਤੇ ਦੋਨੇ ਮਹਿਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿੱਲੀ ਨੂੰ ਚਲੇ ਗਏ ਸੀ, ਦਿੱਲੀ ਨੂੰ ਭੇਜਤੇ ਸੀ। ਇਹ ਮਾਤਾ ਗੁਜਰੀ ਤੇ ਗੰਗੂ ਬਾਹਮਣ ਤੇ ਛੋਟੇ ਸਾਹਿਬਜ਼ਾਦੇ ਗੰਗੂ ਦੇ ਨਾਲ, ਤੇ 2 ਸਾਹਿਬਜ਼ਾਦੇ ਤੇ ਵੱਡੇ ਤੁਹਾਨੂੰ ਪਤਾ ਹੀ ਆਪਾਂ ਚਮਕੌਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਨੇ। ਹਾਂਜੀ ਹਾਂਜੀ। ਅੱਛਾ ਮੈਂ ਜੀ ਹਾਂਜੀ ਹਾਂਜੀ ਤੁਸੀਂ ਬੋਲੋ ਪਹਿਲਾਂ, ਮੈਂ ਇੱਕ ਬੜੀ ਵਧੀਆ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਸੀ ਤੁਹਾਡੇ ਨਾਲ, ਤੁਸੀਂ ਬੋਲੋ। ਮੈਂ ਭਰਾ ਦੇ ਨਾਲ 1969 ਦੇ ਵਿੱਚ ਚਮਕੌਰ ਦੀ ਗੜੀ ਦੇਖੀ ਸੀ ਅਸਲੀ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੋਂ ਜੰਗ ਲੜੀ ਸੀ ਜੀ। ਪਰ ਹੁਣ ਪਤਾ ਲੱਗਿਆ ਵੀ ਇਹ ਜਿਹੜੇ, ਮੈਂ ਤਾਂ ਇਹਨਾਂ ਨੂੰ ਕਾਰ ਸੇਵਾ ਵਾਲੇ ਨੀ, ਮੈਂ ਬਰਬਾਦ ਸੇਵਾ ਵਾਲੇ ਬਾਬੇ ਕਹਿਣਾ ਹੁੰਦਾ। ਉਹਨਾਂ ਨੇ ਢਾਹ ਦਿੱਤੀ ਉੱਥੇ, ਸੰਗ ਮਰਮਰ ਲਾ ਤਾ, ਦੱਸੋ ਕਿੱਡੀ ਦੁੱਖ ਦੀ ਗੱਲ ਆ ਇਹ। ਅੱਛਾ ਧੀਰ ਸਾਹਿਬ, ਇੱਕ ਮੈਂ ਜਾਣਕਾਰੀ ਬੜੀ ਵਧੀਆ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਨਾਲ। ਮੈਂ ਇੱਕ ਕੱਲ੍ਹ ਪ੍ਰੋਗਰਾਮ ਜਿਹੜਾ ਚੱਲਿਆ ਸੀ ਇਸ ਵੇਲੇ, ਅਤੇ ਉਹ ਡਾਕਟਰ ਪਿਆਰਾ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਸੀ ਐਲ ਏ ਵਿੱਚ। ਹਾਂਜੀ, ਉਹਨਾਂ ਨੇ ਉਹਦੇ 'ਚ ਜ਼ਿਕਰ ਕੀਤਾ ਸੀ ਰਸ਼ੀਆ ਦਾ ਵੀ, ਰਸ਼ੀਆ ਦੇ ਵਿੱਚ ਕਾਸਟਿਜ਼ਮ ਨਹੀਂ ਹੈ ਕੋਈ ਵੀ, ਰਸ਼ੀਆ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਕਿ ਉੱਥੇ ਕਾਸਟਿਜ਼ਮ ਕੋਈ ਨਹੀਂ ਹੈ, ਕੋਈ ਕਾਸਟ ਨਹੀਂ ਹੈਗੀ। ਨਹੀਂ, ਉੱਥੇ ਨਹੀਂ ਹੈ। ਇਹ ਕਹਿੰਦੇ ਵੀ ਅਸੀਂ ਰਸ਼ੀਆ ਗਏ ਤਾਂ ਉੱਥੇ ਮਿਊਜ਼ੀਅਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਵੱਡੀ ਤਸਵੀਰ ਲੱਗੀ ਹੋਈ ਮਿਊਜ਼ੀਅਮ ਦੇ ਵਿੱਚ। ਹਾਂਜੀ, ਕਹਿੰਦੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਤੁਸੀਂ ਇਹਨਾਂ ਨੂੰ ਕਿੱਦਾਂ ਜਾਣਦੇ ਹੋ? ਉਹ ਕਹਿੰਦੇ ਵੀ ਇਹ ਸਾਡੇ ਗੁਰੂ ਨੇ। ਉਹ ਕਹਿੰਦੇ ਵੀ ਤੁਹਾਡੇ ਗੁਰੂ ਕਿੱਦਾਂ? ਉਹ ਕਹਿੰਦੇ ਇਹੀ ਤਾਂ ਗੁਰੂ ਗੋਬਿੰਦ ਸਿੰਘ ਇੱਕੋ ਇੱਕ ਹੈਗੇ ਨੇ ਪੂਰੀ ਦੁਨੀਆ ਦੇ ਵਿੱਚ ਜਿਹਨਾਂ ਨੇ ਕਾਸਟਿਜ਼ਮ ਖਤਮ ਕੀਤੀ, ਤਾਂ ਅਸੀਂ ਉਹਨੂੰ ਫੋਲੋ ਕਰ ਰਹੇ ਹਾਂ, ਇਹਨਾਂ ਨੂੰ ਫੋਲੋ ਕਰਕੇ ਸਾਡੇ ਇੱਥੇ ਰਸ਼ੀਆ ਦੇ ਵਿੱਚ ਕੋਈ ਕਾਸਟ ਨਹੀਂ ਹੈ। ਕੈਸੀ ਗੱਲ ਹੈ? ਦੇਖੋ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਤ ਪਾਤ ਖਤਮ ਕੀਤੀ, ਪਰ ਕੀ ਅਸੀਂ ਖਤਮ ਕਰ ਦਿੱਤੀ? ਨਾ ਨਾ, ਅਸੀਂ ਨਹੀਂ ਕੀਤੀ ਨਾ। ਮੈਂ ਉਹੀ ਤਾਂ ਗੱਲ ਕਰਦਾ, ਰਸ਼ੀਆ ਨੇ ਫੋਲੋ ਕਰ ਲਿਆ, ਉਹਨਾਂ ਨੂੰ ਜਾਤ ਪਾਤ ਖਤਮ ਕਰਤੀ ਰਸ਼ੀਆ ਨੇ, ਅਸੀਂ ਨਹੀਂ ਕਰ ਸਕਦੇ। ਤਾਂ ਦੇਖੋ, ਉਹ ਇਹਨਾਂ ਨੇ ਇਸੇ ਕਰਕੇ ਤਾਂ ਖਾਲਸਾ ਬਣਾਇਆ ਸੀ, ਅਲੱਗ ਅਲੱਗ ਜਾਤਾਂ ਤੋਂ, ਧਰਮਾਂ ਤੋਂ ਲਿਆ ਕੇ, ਸਾਰੇ ਪਹਿਲਾਂ ਹਿੰਦੂ ਧਰਮ ਦੇ ਸੀ ਪਰ ਜਾਤਾਂ ਅਲੱਗ ਅਲੱਗ ਸੀ, ਖਾਲਸਾ ਬਣਾਇਆ। ਪਰ ਅਸੀਂ ਕੀ ਅੱਜ ਖਾਲਸੇ ਆ? ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ, ਅਸੀਂ ਕੋਈ ਖਾਲਸੇ ਨਹੀਂ। ਚਲੋ, ਮਿਹਰਬਾਨੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਦੀ ਸਤਿ ਵੱਡੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੌਣ ਬੋਲਦੇ? ਮੈਂ ਹਰਜਿੰਦਰ ਸਿੰਘ ਬੋਲਦਾ ਜੀ। ਜੀ ਸਰਦਾਰ ਹਰਜਿੰਦਰ ਸਿੰਘ ਜੀ, ਕੀ ਕਹਿਣਾ ਚਾਹੁੰਦੇ? ਤੁਹਾਡੀ ਕਾਲ ਲਾਈਵ ਲੱਗੀ ਹੋਈ ਆ। ਹਾਂਜੀ, ਕੀ ਕਹਿਣਾ ਚਾਹੁੰਦੇ? ਮੈਂ ਕਹਾਂ ਜੀ, ਇੱਕ ਮੈਂ ਕਹਿਣੀ ਚਾਹੁੰਦਾ ਵੀ ਜਿਹੜੇ ਆਪਣੇ ਸਿੰਘ ਬੋਲਦੇ ਆ ਨਾ ਜੀ,
ਥੋੜਾ ਇਤਿਹਾਸ ਪਤਾ ਨਹੀਂ ਸਾਨੂੰ ਜਿਹੜੇ ਸੁਣਾਉਣ ਵਾਲੇ ਉਹ ਗਲਤ ਆ ਜਾਂ ਇਹ ਬੋਲਣ ਵਾਲੇ ਗਲਤ ਆ? ਤੁਸੀਂ ਤੁਸੀਂ ਦੱਸੋ ਜੀ, ਜ਼ਰੂਰ ਤੁਸੀਂ ਸਾਂਝਾ ਕਰੋ ਕਿਹੜਾ। ਮੈਂ ਕਹਿੰਦਾ ਬੀਬੀ ਹਰਸ਼ਾਨ ਕੌਰ ਜਿਹੜੀ ਆ ਇੱਕੋ ਹੀ ਹਰਸ਼ਾਨ ਕੌਰ ਹੋਈ ਆ ਜੀ, ਜਿਹੜੀ ਹਰੀ ਸਿੰਘ ਨਲੂਏ ਦਾ ਸੁਨੇਹਾ ਲੈ ਕੇ ਮਹਾਰਾਜਾ ਰਣਜੀਤ ਸਿੰਘ ਕੋ ਗਈ ਸੀ ਜੀ। ਇਹ ਜਿਹੜੀ ਬੀਬੀ ਇੱਥੇ ਜਿਹਨੇ ਸਿੰਘਾਂ ਦਾ ਸੰਸਕਾਰ ਕੀਤਾ ਜਮਕੌਰ ਸਾਹਿਬ, ਇਹ ਸ਼ਰਨ ਕੌਰ ਹੈ, ਹਰਸ਼ਰਨ ਕੌਰ ਨਹੀਂ। ਵਾਹ ਜੀ ਵਾਹ, ਮੇਰੇ ਖਿਆਲ ਤੁਹਾਡੀ ਜਾਣਕਾਰੀ ਬਿਲਕੁਲ ਸਹੀ ਹੋਏਗੀ ਜੀ, ਸ਼ਰਨ ਕੌਰ। ਹਾਂਜੀ, ਇਹ ਸ਼ਰਨ ਕੌਰ ਹੈ, ਹਰਸ਼ਰਨ ਕੌਰ ਨਹੀਂ ਗੀ। ਵਾਹ ਜੀ ਵਾਹ, ਤੁਹਾਡੀ ਜਾਣਕਾਰੀ ਮੇਰੇ ਹਿਸਾਬ ਨਾਲ ਸਹੀ ਹੋਏਗੀ ਜੀ। ਹਾਂਜੀ, ਇਹ ਸ਼ਰਨ ਕੌਰ ਆ ਜੀ। ਚਲੋ ਬਹੁਤ ਮਿਹਰਬਾਨੀ ਜੀ, ਬਹੁਤ ਹਰਸ਼ਰਨ ਕੌਰ ਉਹ ਸੀ ਜਿਹੜੀ ਹਰੀ ਸਿੰਘ ਨਲੂਏ ਨੇ ਜਮਰਾਓ ਦੇ ਕਿਲੇ ਚੋਂ ਭੇਜਿਆ ਸੀ ਉਹਦੇ ਕੋਲ ਪੱਤਰ ਰਣਜੀਤ ਸਿੰਘ ਨੂੰ, ਮਹਾਰਾਜਾ ਰਣਜੀਤ ਸਿੰਘ ਨੂੰ। ਵਾਹ ਜੀ ਵਾਹ, ਜ਼ਰੂਰ। ਅਤੇ ਅੱਛਾ, ਤੋ ਜਿਹੜਾ ਇਤਿਹਾਸ ਜਿਹੜਾ ਮੈਂ ਪੜ੍ਹਿਆ ਉਹਦੇ 'ਚ ਦੱਸਦੇ ਨੇ ਵੀ ਤਿੰਨ ਸਾਹਿਬਜ਼ਾਦੇ ਸੀਗੇ ਮਾਤਾ ਜੀਤੋ ਜੀ ਦੇ, ਅਤੇ ਜਿੱਦਾਂ ਹੁਣ ਦੱਸ ਕੇ ਗਏ ਨੇ ਸਾਡੇ ਕਾਲਰ ਵੀ ਦੇ ਰਹੇ ਸੀ, ਤੁਹਾਡੇ ਕੋਲ ਕਿਹੜੀ ਜਾਣਕਾਰੀ? ਇਹ ਵੀ ਗਲਤ ਬੋਲਦੇ ਆ, ਇਹ ਵੀ ਹੁਣ ਪੜ੍ਹਿਆ ਵੀ ਜਿਹੜਾ ਮੈਂ ਨਾਂ ਭੁੱਲ ਗਿਆ ਹਡੂਰੀਆ ਮਾਸ ਦੇ ਵਿੱਚ, ਹਡੂਰੀਆ ਦਾ ਨਾਂ ਪਹਿਲਾਂ ਪਤਾ ਨੀ ਕੀ, ਦੀਨਾ ਹਡੂਰੀਆ ਕੀ ਏਦਾਂ ਦਾ ਕੁਛ ਆ ਜੀ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਰਿਹਾ ਉਹਨਾਂ ਇਤਿਹਾਸ ਲਿਖਿਆ ਜੀ। ਉਹਦਾ ਇਤਿਹਾਸ ਜਿਹੜਾ ਉਹ ਆ ਵੀ ਜਿਸ ਵੇਲੇ ਮਾਤਾ ਗਿਰੀ ਜੀ ਦਾ ਉੱਥੋਂ ਠੰਡੇਪੁਰ ਚੋਂ ਸਾਹਿਬਜ਼ਾਦੇ ਲੈ ਕੇ ਚੱਲੇ ਤਾਂ ਉਹਦੀ ਜੀ ਉਸ ਵੇਲੇ ਬਰਾਗ ਜਿਹਾ ਕੀਤਾ ਵੀ ਮਾਤਾ ਜੀਤੋ ਜੀ ਦੀ, ਵੀ ਜੇ ਤੂੰ ਹੁੰਦੀ ਇਹਨਾਂ ਪੁੱਤਰਾਂ ਨੂੰ ਹੁਣ ਸ਼ਿੰਗਾਰ ਕੇ ਇਹਨਾਂ ਦੀਆਂ ਕਲਗੀਆਂ ਲਾ ਕੇ ਤੂੰ ਭੇਜਦੀ, ਤੇ ਉਹਨੇ ਕਹਿੰਦਾ ਤਿੰਨ ਪੁੱਤਰ ਸੀ ਉਹਨਾਂ ਦੇ ਮਾਤਾ ਜੀਤੋ ਜੀ ਦੇ, ਤਿੰਨ ਸੀ। ਹਾਂਜੀ ਹਾਂਜੀ, ਤਿੰਨ ਸੀ ਮੇਰੇ ਮਾਤਾ ਸੁੰਦਰੀ ਜੀ ਦਾ, ਇੱਕ ਵੱਡੇ ਬਾਬਾ ਅਜੀਤ ਸਿੰਘ ਜੀ ਸੀਗੇ ਮਾਤਾ ਸੁੰਦਰੀ ਜੀ ਤੇ ਬਾਕੀ ਤਿੰਨ ਮਾਤਾ ਜੀਤੋ ਜੀ ਦੇ। ਠੀਕ ਹੈ, ਬਿਲਕੁਲ ਤਿੰਨ ਮਾਤਾ ਜੀਤੋ ਜੀ ਜੀ, ਇਹੀ ਮੈਂ ਪੜ੍ਹਿਆ। ਚਲੋ ਬੜੀ ਮਿਹਰਬਾਨੀ ਜੀ ਤੁਹਾਡੀ, ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਇਤਿਹਾਸ ਦੀ। ਮੈਂ ਚਾਹੁੰਦਾ ਇਸੇ ਤਰ੍ਹਾਂ ਸਾਡੇ ਦਰਸ਼ਕ ਜਿਹੜੇ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਿਣ ਤੇ ਬੜਾ ਵਧੀਆ ਲੱਗਦਾ ਹੈ। ਅੱਜ ਤਾਂ ਮੈਂ ਚਾਹੁੰਦਾ ਇਤਿਹਾਸ ਦੀ ਕੋਈ ਹੋ ਸਕਦਾ ਸਾਡੇ ਪ੍ਰਚਾਰਕ ਵੀ ਕਈ ਜੋ ਸਾਨੂੰ ਦੱਸਦੇ ਨੇ ਅਸੀਂ ਉਹੀ ਫੋਲੋ ਕਰਦੇ ਹਾਂ, ਤੁਹਾਡੇ ਕੀ ਵਿਚਾਰ ਨੇ? ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਰਾਜਕੁਮਾਰ ਜੀ, ਨਵੇਂ ਸਾਲ ਦੀ ਮੁਬਾਰਕਾਂ ਜੀ। ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਤੇ ਆਪਣੇ ਬਹੁਤ ਸਾਰੀਆਂ ਲੱਖਾਂ ਲੱਖਾਂ ਮੁਬਾਰਕਾਂ। ਤੇ ਮੈਂ ਗੱਲ ਕਰਾਂ ਵੀ ਮੈਂ ਕਹਿਣ ਲੱਗਾ ਸੀ ਮੋਦੀ ਸਾਹਿਬ ਨੂੰ ਇੱਕ ਮੈਸੇਜ ਭੇਜਿਆ ਸੀਗਾ। ਅੱਛਾ, ਮੈਂ ਕਿਹਾ ਸਾਡੇ ਪੰਜਾਬੀਆਂ ਦੀ ਇਹ ਇੱਕ ਤਰੀ ਆਉਂਦੀ ਆ ਕਿ ਅਸੀਂ ਗੁਆਂਢੀ ਨੂੰ ਭੁੱਖਾ ਨਹੀਂ ਦੇਖ ਸਕਦੇ। ਤੇ ਮੈਂ ਕਿਹਾ ਅੱਜ ਉਹ ਪੂਰਾ ਮੰਗਣ ਵਾਲਾ ਹਾਲ ਹੋਇਆ ਬਚਾਏ ਦਾ, ਤੇ ਉਹਨੂੰ ਕੋਈ 500,000 ਉਹਨੂੰ ਭੇਜਦੇ ਪਾਵਾਂ, ਇੱਦਾਂ ਇੱਦਾਂ ਇੰਨੇ ਭੇਜਦੇ ਪਾਵਾਂ, ਭੇਜਦੇ ਸਾਡਾ ਫਰਜ਼ ਬਣਦਾ ਜੀ। ਚਲੋ ਇਮਰਾਨ ਖਾਨ ਨੂੰ ਭੇਜੋ ਜੀ, ਕੋਈ ਕੋਈ ਨੀ, ਕੋਈ ਸੁਣਦਾ ਜੀ, ਕੋਈ ਕਰਦੇ ਆ ਕਰਦੇ ਆ, ਸਾਡੇ ਸਾਡੇ ਸਾਡਾ ਫਰਜ਼ ਬਣਦਾ ਖਾਨ ਜੀ। ਜੀ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਗੱਲ ਚਲੋ ਉੱਧਰਲੇ ਪਾਸੇ ਆਪਾਂ ਲੈ ਕੇ ਨਹੀਂ ਜਾਣੀ, ਪਰ ਤੁਹਾਡੇ ਨਾਲ ਖਬਰ ਸਾਂਝੀ ਕਰਨਾ ਕਿ ਵੀ ਖਬਰ ਜਿਹੜੀ ਯੂਪੀ ਦੀ ਹੈਗੀ ਆ ਕਿ ਨਗਰ ਕੀਰਤਨ ਕੱਢ ਰਹੇ ਜਿਹੜੀ ਸੰਗਤ ਸੀਗੀ ਉਹਨਾਂ 'ਤੇ ਕੇਸ ਦਰਜ ਕਰ ਦਿੱਤਾ, ਇਹ ਵੀ ਇੱਕ ਨਵਾਂ ਕਾਨੂੰਨ ਬਣਿਆ, ਇਹਦੇ ਬਾਰੇ ਬਾਅਦ 'ਚ ਗੱਲ ਕਰਾਂਗੇ। ਅੱਜ ਆਪਾਂ ਜਿਹੜੀ ਗੱਲ ਕਰਨੀ ਹੈ, ਅੱਜ ਆਪਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀਆਂ ਕੁਰਬਾਨੀਆਂ ਨੂੰ ਤਾਂ ਆਪਾਂ ਯਾਦ ਕਰ ਲਿਆ ਸੀ, ਉਹਨਾਂ ਦੀਆਂ ਬਹਾਦਰੀਆਂ ਨੂੰ ਯਾਦ ਕਰ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਸਾਨੂੰ ਉਪਦੇਸ਼ ਦੇ ਗਏ ਨੇ, ਇਕੱਲੇ ਇਕੱਲੇ ਅੱਖਰ ਦੇ ਵਿੱਚ ਪੂਰਾ ਸੁਨੇਹਾ ਜਿਹੜਾ ਹੈਗਾ ਉਹ ਆਪਾਂ ਸਾਂਝਾ ਕਰ ਰਹੇ ਤੁਹਾਡੇ ਨਾਲ। ਫਿਰ ਵੀ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਗੱਲਬਾਤ ਹੋਵੇ ਤਾਂ ਅੱਜ ਜ਼ਰੂਰ ਸਾਂਝੀ ਕਰੋ ਗੁਰੂ ਗੋਬਿੰਦ ਸਿੰਘ ਜੀ ਬਾਰੇ। ਨਾਲ ਦੀ ਨਾਲ ਨਵੇਂ ਸਾਲ ਦੀ ਵੀ ਗੱਲ ਜਿਹੜੀ ਆ ਉਹ ਜ਼ਰੂਰ ਕਰਾਂਗੇ। ਨਵੇਂ ਸਾਲ ਦਾ ਇੱਕ ਗੀਤ ਜਿਹੜਾ ਮੇਰਾ ਅਤੇ ਭਗਵੰਤ ਮਾਨ ਦਾ 2001 ਦੇ ਵਿੱਚ ਆਇਆ ਸੀ ਨਵੇਂ ਸਾਲ ਦੀ ਵਧਾਈ 2001 'ਚ, ਉਹ ਮੈਨੂੰ ਘੱਟੋ ਘੱਟ 15-20 ਲੋਕਾਂ ਨੇ ਮੈਨੂੰ ਹੀ ਭੇਜਿਆ, ਹਾਲਾਂਕਿ ਮੈਨੂੰ ਸਾਨੂੰ ਯਾਦ ਨਹੀਂ ਸੀ ਉਦੋਂ ਲੋਕਾਂ ਨੇ ਉਨਾ ਨਹੀਂ ਦੇਖਿਆ ਹੋਣਾ, ਪਸੰਦ ਕੀਤਾ ਹੋਣਾ ਜਿੰਨਾ ਇਸ ਸਾਲ ਦੇ ਵਿੱਚ 2020 ਦੇ ਵਿੱਚ ਉਹ ਗੀਤ ਚਰਚਾ ਦੇ ਵਿੱਚ ਆਇਆ। ਚਲੋ ਮੈਂ ਕੋਸ਼ਿਸ਼ ਕਰੂੰਗਾ ਜੀ, ਨਵੇਂ ਸਾਲ ਦੀ ਜੋ ਗੱਲਬਾਤ ਚੱਲੀ ਤਾਂ ਉਹ ਗੀਤ ਤੁਹਾਡਾ ਜ਼ਰੂਰ ਸਾਂਝਾ ਕਰੂੰਗਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਇੱਕ ਵਾਰ ਫਿਰ। ਤਾਂ ਮੈਂ ਥੋੜ੍ਹਾ ਜਿਹਾ ਜੋ ਮੈਨੂੰ ਹੁਣ ਬ੍ਰੇਕ ਦੇ ਵਿੱਚ ਫੋਨ ਆਏ ਸੀ ਜੋ ਇਤਿਹਾਸ ਦੀ ਗੱਲ ਚੱਲਦੀ ਹੈ, ਕਿਉਂਕਿ ਇਤਿਹਾਸ ਜਿਹੜਾ ਜਾਣਕਾਰੀ ਹੋਣਾ ਬਹੁਤ ਡੂੰਘਾ ਇਤਿਹਾਸ ਸਾਡਾ ਹੈਗਾ, ਬਹੁਤ ਲੰਬਾ ਚੌੜਾ ਇਤਿਹਾਸ ਹੈਗਾ, ਸੋ ਕਈ ਵਾਰੀ ਕਹਿਣ ਸੁਣਨ ਦੇ ਵਿੱਚ ਫਰਕ ਪੈ ਜਾਂਦਾ। ਮੈਂ ਇਹ ਸਮਝਦਾ ਜਿਹੜਾ ਹਰਸ਼ਰਨ ਕੌਰ ਅਤੇ ਸ਼ਰਨ ਕੌਰ ਵਾਲਾ ਇਹ ਹੈਗਾ ਕਨਫਿਊਜ਼ਨ, ਇਹ ਕ੍ਰੀਏਟ ਕੀਤਾ ਗਿਆ ਸਾਡੇ ਸੋਸ਼ਲ ਮੀਡੀਆ 'ਤੇ, ਕਿਉਂਕਿ ਸੋਸ਼ਲ ਮੀਡੀਆ ਭਰਿਆ ਪਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਕਿ
ਹਰਸ਼ਰਨ ਕੌਰ ਨੂੰ ਵੀ ਯਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਸਿੰਘਾਂ ਦਾ ਸੰਸਕਾਰ ਕੀਤਾ, ਸ਼ਹੀਦਾਂ ਦਾ ਸੰਸਕਾਰ ਕੀਤਾ, ਅਤੇ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ। ਸੋਸ਼ਲ ਮੀਡੀਆ 'ਤੇ ਟੋਟਲ ਸਭ ਨੇ ਹਰਸ਼ਰਨ ਕੌਰ ਲਿਖਿਆ ਸੀਗਾ। ਇਹ ਮੇਰੇ ਖਿਆਲ ਸਹੀ ਜਿਹੜਾ ਇਤਿਹਾਸ ਸ਼ਾਇਦ ਇਹੀ ਹੈ ਕਿ ਹਰਸ਼ਰਨ ਕੌਰ ਜੀ ਜਿਹੜੇ ਸੀਗੇ ਉਹ ਹਰੀ ਸਿੰਘ ਨਲੂਆ ਵਾਲੇ ਸੀਗੇ, ਅਤੇ ਇਹਨਾਂ ਦਾ ਨਾਮ ਸ਼ਰਨ ਕੌਰ ਸੀਗਾ। ਅਤੇ ਸਾਹਿਬਜ਼ਾਦਿਆਂ ਦੀ ਜੇ ਗੱਲ ਚੱਲੀ ਹੈ ਤਾਂ ਇੱਕ ਸਾਹਿਬਜ਼ਾਦਾ, ਵੱਡੇ ਸਾਹਿਬਜ਼ਾਦਾ ਸਾਹਿਬ ਜਿਹੜੇ ਹੈਗੇ ਨੇ ਬਾਬਾ ਅਜੀਤ ਸਿੰਘ ਜੀ, ਉਹ ਮਾਤਾ ਸੁੰਦਰੀ ਜੀ ਦੀ ਕੁੱਖੋਂ ਸੀਗੇ, ਅਤੇ ਬਾਕੀ 3 ਸਾਹਿਬਜ਼ਾਦੇ ਮਾਤਾ ਜੀਤੋ ਜੀ ਤੋਂ, ਜਿਹੜੀ ਮੈਨੂੰ ਬ੍ਰੇਕ ਦੇ ਵਿੱਚ ਇਤਿਹਾਸ ਦੀ ਜਾਣਕਾਰੀ ਦਿੱਤੀ। ਤੁਹਾਡੀਆਂ ਕਾਲਾਂ ਲੈਂਦੇ ਫਟਾਫਟ ਭਰੀਆਂ ਪਈਆਂ, ਥੋੜ੍ਹੇ ਸਾਹਿਬਜ਼ਾਦੇ ਵਿੱਚ ਗੱਲ ਕਰਿਓ ਜੀ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਫਤਿਹ ਜੀ। ਕੌਣ ਸਾਹਿਬ ਬੋਲ ਰਹੇ ਸਰ? ਮੈਂ ਪਾਲ ਸਿੰਘ ਬੋਲ ਰਿਹਾ ਸਰ ਜੀ, ਕੈਲੀਫੋਰਨੀਆ ਤੋਂ ਜੀ। ਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਤੁਸੀਂ? ਮੈਂ ਤੇ ਸਰਬਸਦਾਨੀ ਸਾਹਿਬ ਕਲਾਮ, ਮੇਰੇ ਮਹਾਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਤੇ ਸਾਰਿਆਂ ਨੂੰ ਵਧਾਈ ਹੋਵੇ। ਬਹੁਤ ਵਧਾਈ ਜੀ, ਬਹੁਤ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਜੀ। ਹਾਂਜੀ, ਤੁਹਾਡੇ ਜਿਹੜੇ ਟੌਪਿਕ ਦੇ ਉੱਤੇ ਨਾ, ਸਰਬਸਦਾਨੀ ਤੇ ਸਾਹਿਬ ਕਲਾਮ ਦੇ ਵਿੱਚ ਮੇਰਾ ਕੋਲ ਕਾਫੀ ਕੁਝ ਆ ਗਿਆ ਜੀ, ਤੇ ਮੈਂ ਉਸ ਗੱਲ ਨੂੰ ਅੱਗੇ ਵਧਾਉਂਦਾ ਜਿਹੜਾ ਤੁਸੀਂ ਕੱਲ ਪ੍ਰੋਗਰਾਮ ਕੀਤਾ ਨਾ ਜੀ, ਫੋਰਨੂਨ ਦਾ ਜਿਹੜੇ ਉੱਥੇ ਰੋਸ ਪਰੇਡ ਦੇ ਉੱਤੇ ਜੀ, ਔਰ ਸ਼ਾਮੀ ਜਿਹੜਾ ਡਾਕਟਰ ਸਾਹਿਬ ਦੇ ਨਾਲ ਜੀ, ਮੈਂ ਤੁਹਾਨੂੰ ਖੜਾ ਹੋ ਕੇ ਸਲੂਟ ਕਰਨਾ ਜੀ। ਬਹੁਤ ਮਿਹਰਬਾਨੀ ਜੀ, ਬੜੀ ਜਾਣਕਾਰੀ ਡਾਕਟਰ ਸਾਹਿਬ ਨੂੰ, ਉਹਨਾਂ ਨੇ ਹਜੇ ਬਹੁਤ ਥੋੜ੍ਹਾ ਸਮਾਂ ਸੀ, ਆ ਜਿਹੜੀ ਰਸ਼ੀਆ ਵਾਲੀ ਗੱਲ ਉਹਨਾਂ ਨੇ ਦੱਸੀ ਹੈ, ਮੇਰੇ ਦਿਲ ਨੂੰ ਇੰਨੀ ਟੁੰਬ ਕੇ ਗਈ ਕਿ ਰਸ਼ੀਆ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਨੇ ਕਿ ਉਹਨਾਂ ਨੇ ਜਾਤ ਪਾਤ ਖਤਮ ਕੀਤੀ ਸੀ ਕਾਸਟਿਜ਼ਮ, ਅਤੇ ਸਾਡੇ ਰਸ਼ੀਆ 'ਚ ਕਾਸਟਿਜ਼ਮ ਹੈ ਨਹੀਂ, ਅਤੇ ਜੇ ਸਾਡੇ ਜਿਹੜੇ ਸਾਡਾ ਮੇਨ ਸਾਡੇ ਸਭ ਕੁਛ ਹੈਗੇ ਨੇ, ਸਾਡੇ ਪਿਤਾ ਨੇ, ਪਰਮੇਸ਼ਰ ਨੇ, ਤਾਂ ਅਸੀਂ ਕਾਸਟਿਜ਼ਮ ਰੱਖੀ ਬੈਠੇ ਨੇ। ਅਸੀਂ ਤਾਂ ਜੀ ਗੱਲ ਇੱਦਾਂ ਕਿ ਜੋ ਸਾਡੇ ਗੁਰੂ ਕਹਿ ਕੇ ਗਏ ਸਨ ਨਾ ਜੀ, ਉਹਦੇ ਵਿੱਚ ਜਾਤ ਪਾਤ ਬਰਾਦਰੀ ਇਹ ਸਾਰਾ ਕੁਝ ਉਹ ਹੀ ਸਾਡੇ 'ਚ ਵੇਚੀ ਜਾ ਰਹੀ ਹੈ ਤੇ ਪਰੋਸੀ ਜਾ ਰਹੀ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ। ਬਸ ਤੁਹਾਡੇ ਮੈਂ ਫਿਰ ਅਗੇਨ ਮੈਂ ਖੜਾ ਹੋ ਕੇ ਦੋਨੋਂ ਹੱਥਾਂ ਨਾਲ ਤੁਹਾਨੂੰ ਸਲੂਟ ਕਰ ਰਿਹਾ ਕਿ ਜਿਹੜਾ ਤੁਸੀਂ ਰੋਸ ਪਰੇਡ, ਅਸੀਂ ਕੈਲੀਫੋਰਨੀਆ 'ਚ ਹੈਗੇ ਹਾਂ ਪਰ ਇੱਥੇ ਹਲੇ ਤੇ ਜਾ ਕੇ ਅਸੀਂ ਜਾਂਦੇ ਨਹੀਂ, ਤੇ ਉਹ ਅਸੀਂ ਕਿੱਥੇ ਜਾ ਰਹੇ ਹਾਂ, ਤੁਸੀਂ ਜੋ ਉਹਦੀ ਕਮੈਂਟਰੀ ਕੀਤੀ ਨਾ ਜਿਹਦੇ ਨਾਲ, ਦੈਟ ਵਾਸ ਰਿਮਾਰਕੇਬਲ ਐਂਡ ਕਮੈਂਡੇਬਲ। ਔਰ ਉਸ ਤੋਂ ਬਾਅਦ ਜਿਹੜਾ ਸ਼ਾਮ ਦਾ ਪ੍ਰੋਗਰਾਮ ਜਿਹੜਾ ਸੀ ਨਾ, ਉਹ ਬਸ ਕੀਪ ਇਟ ਅਪ। ਔਰ ਜਿਹੜਾ ਕੱਲ ਦੇ ਜਲਵੇ ਸਨ ਨਾ, ਉਹ ਤੁਸੀਂ ਉਹ ਜਲਵੇ ਦਾ ਉਹਨੂੰ ਕਾਇਮ ਰੱਖੋ, ਤੇ ਅੱਜ ਦੇ ਵੀ ਜਲਵੇ ਵਾਸਤੇ ਤੁਹਾਨੂੰ ਸਲਾਮ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਜੀ, ਆਸ਼ੀਰਵਾਦ ਹੈ ਤੁਹਾਡਾ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮਨਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ, ਥੋੜੇ ਸ਼ਬਦਾਂ 'ਚ? ਹਾਂਜੀ, ਪਹਿਲਾਂ ਤਾਂ ਨਵੇਂ ਸਾਲ ਦੀਆਂ ਵਧਾਈਆਂ ਸਾਰੇ ਸੁਣਦੇ ਜਸ ਪੰਜਾਬੀ ਨੂੰ, ਤੇ ਬਾਕੀ ਹਜ਼ੂਰ ਸਾਹਿਬ ਗਏ ਸੀ ਉੱਥੇ ਨਾ, ਮਾਤਾ ਜੀਤੋ ਦਾ ਮੈਂ ਆਪਣੇ ਗੁਰਦੁਆਰਾ ਸਾਹਿਬ ਦੇਖਿਆ ਸੀਗਾ, ਤੇ ਉਦੋਂ ਮੈਨੂੰ ਪਤਾ ਲੱਗਾ ਸੀਗਾ ਜਿੱਦਾਂ ਬਈ ਦੋ ਵਾਈਫ ਸੀਗੇ ਜਿਹਨਾਂ ਦੇ ਤਿੰਨ ਬੱਚੇ ਸੀਗੇ, ਹਾਂਜੀ ਤਿੰਨ, ਹਾਂ ਬਾਅਦ 'ਚ ਫਿਰ ਮੈਨੂੰ ਇੱਦਾਂ ਹੁਣ ਪਤਾ ਲੱਗਿਆ ਸੀਗਾ। ਚਲੋ ਜੀ, ਬਹੁਤ ਬਹੁਤ ਮੁਬਾਰਕਾਂ ਪ੍ਰਕਾਸ਼ ਦਿਹਾੜੇ ਦੀਆਂ ਵੀ, ਤੇ ਨਾਲ ਦੀ ਨਾਲ ਨਵੇਂ ਸਾਲ ਦੀਆਂ ਵੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੌਣ ਬੋਲਦੇ? ਹਾਂਜੀ, ਮੈਂ ਹਰਜਿੰਦਰ ਸਿੰਘ ਬੋਲਦਾ, ਮੇਰੀ ਕਾਲ ਵਿੱਚ ਕੱਟ ਹੋ ਗਈ ਸੀ। ਜੀ ਜੀ ਜੀ, ਜ਼ਰੂਰ ਤੁਸੀਂ। ਹਾਂਜੀ, ਸਵੇਰੇ ਤੁਹਾਡੇ ਨੇਤਰੀਮ ਚੱਲਦਾ 5 ਵਜੇ ਜੀ, 5 ਵਜੇ ਕੈਲੀਫੋਰਨੀਆ ਟਾਈਮ ਕਿ ਈਸਟਰਨ ਟਾਈਮ ਜੀ? ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਵੈਨਕੂਵਰ ਤੋਂ ਬੋਲ ਰਿਹਾ। ਇਹਦਾ ਮਤਲਬ ਪੈਸੀਫਿਕ ਟਾਈਮ ਹੈ ਜੀ? ਠੀਕ ਹੈ, ਹਾਂਜੀ ਠੀਕ ਹੈ ਜੀ। ਸਵੇਰੇ 5 ਵਜੇ ਚੱਲਦਾ, ਉਹਦੇ ਵਿੱਚ ਜਿਹੜਾ ਜਾਪ ਸਾਹਿਬ ਦਾ ਪਾਠ ਹੈ ਨਾ ਜੀ, ਉਹਦੇ ਵਿੱਚ ਬਹੁਤ ਗਲਤ ਕਿਹਾ ਆ ਜੀ। ਜ਼ਰੂਰ, ਮੈਂ ਤੁਹਾਡਾ ਨੰਬਰ ਨੋਟ ਕਰ ਦਿੰਦਾ ਜੀ, ਅਸੀਂ ਜ਼ਰੂਰ ਦਰੁਸਤ ਕਰਾਵਾਂਗੇ ਜੀ ਤੁਸੀਂ। ਹਾਂ, ਉਹ ਜਿਹੜੇ ਸਿੰਘ ਬੋਲਦੇ ਆ ਨਾ, ਜਿਹੜੇ ਸਿੰਘ ਪਾਠ ਕਰਦੇ ਉਹ ਬਹੁਤ ਗਲਤ ਸ਼ਬਦ ਬੋਲਦੇ ਕਈ। ਅੱਛਾ ਜੀ, ਉਹਨਾਂ ਥੋੜੇ ਦਰੁਸਤੀ ਕਰਾਓ। ਠੀਕ ਹੈ ਸਰ, ਠੀਕ ਹੈ ਜੀ, ਜ਼ਰੂਰ ਕਰਾਉਂਦੇ ਜੀ, ਅਸੀਂ ਕੱਲ ਹੀ ਕਰਾਉਂਦੇ ਇਹਨੂੰ। ਹਾਂਜੀ, ਤੁਹਾਡਾ ਲਾਸਟ ਕਿੰਨਾ ਸੈਵਨ ਨੰਬਰ ਹੈਗਾ? ਸੈਵਨ ਮੇਰਾ ਨਹੀਂ, ਲਾਸਟ ਨੰਬਰ ਦੱਸ ਸਰ, ਲਾਸਟ ਨੰਬਰ 7536 ਠੀਕ ਹੈ ਜੀ। ਠੀਕ ਹੈ ਸਰ, ਮੈਂ ਤੁਹਾਡਾ ਨਾ ਜੀ ਆਫ ਦੀ ਏਅਰ ਗੱਲ ਜ਼ਰੂਰ ਕਰੂੰਗਾ, ਅਤੇ ਤੁਸੀਂ ਮੈਨੂੰ ਦੱਸਿਓ ਜੋ ਵੀ ਹੈ, ਅਸੀਂ ਜ਼ਰੂਰ ਕਰਾਵਾਂਗੇ। ਬਹੁਤ ਮਿਹਰਬਾਨੀ ਜੀ। ਹੈਲੋ, ਹੈਲੋ, ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਕੌਣ ਸਾਹਿਬ ਬੋਲ ਰਹੇ ਜੀ, ਅਤੇ ਕੀ ਕਹਿਣਾ ਚਾਹੁੰਦੇ ਜੀ? ਛੱਬੀ ਤਰੀਕ ਨੂੰ 26 ਦਸੰਬਰ ਨੂੰ ਮੱਸਿਆ ਸੀ ਜੀ,
ਉਹਦੇ ਮਹੀਨੇ ਜੋ ਸੱਤਵਾਂ ਦਿਨ ਹੁੰਦਾ ਕਿਉਂਕਿ ਮੱਸਿਆ ਨੂੰ ਤੇ ਪੁੰਨਿਆਂ ਨੂੰ ਕੋਈ ਦੁਨੀਆਂ ਦੀ ਤਾਕਤ ਬਦਲ ਨਹੀਂ ਸਕਦੀ। ਅੱਛਾ ਇਹ ਮਤਲਬ ਦੇਸੀ ਬਾਕੀ ਤਰੀਕਾ ਕੈਲੰਡਰ ਨਾਨਕ ਸਾਹਿਬ ਕੈਲੰਡਰ ਨਾਲ ਬਦਲ ਗਈਆਂ, ਇਹ ਨਹੀਂ ਬਦਲੀਆਂ ਨਾ? ਨਹੀਂ ਜਿਹੜਾ ਨਹੀਂ ਮੱਸਿਆ ਜਿਹੜੀ ਹੁੰਦੀ ਜਦੋਂ ਰਾਤ ਨੂੰ ਚੰਦਰਮਾ ਨਹੀਂ ਚੜ੍ਹਦਾ ਉਦੋਂ ਮੱਸਿਆ ਹੋ ਜਾਂਦੀ ਹੈ, ਜੀ ਜੀ ਜੀ, ਜਦੋਂ ਪੂਰਾ ਚੰਦਰਮਾ ਹੁੰਦਾ ਉਦੋਂ ਪੁੰਨਿਆ ਹੁੰਦੀ ਹੈ ਤਾਂ ਸਿਧਾਂਤ ਹੈ ਕੁਦਰਤੀ ਸਿਧਾਂਤ ਹੈ ਨਾ, ਬਿਲਕੁਲ ਬਿਲਕੁਲ, ਇਹਨੂੰ ਬਦਲੇ ਰਾਤ ਬਦਲ ਸਕਦੇ ਮੱਸਿਆ ਪੁੰਨਿਆ ਨੂੰ ਕੋਈ ਨਹੀਂ ਬਦਲ ਸਕਦਾ। ਜੀ 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 ਚਲੋ ਠੀਕ ਹੈ। ਮੱਸਿਆ ਜਦੋਂ ਪਹੁੰਚ ਆਉਂਦੀ ਹੈ ਉਦੋਂ ਸੱਤਵੇਂ ਦਿਨ ਮਹਾਰਾਜ ਦਾ ਦਿਨ ਮਨਾਇਆ ਜਾਂਦਾ, ਸਾਲ 'ਚ ਇੱਕੋ ਵਾਰੀ ਆਉਂਦਾ। ਤੇ ਅੱਜ ਮਤਲਬ ਸੱਤਵਾਂ ਦਿਨ ਅੱਜ ਬਣਦਾ ਹੈ ਨਾ 26 ਦਸੰਬਰ ਤੋਂ ਬਾਅਦ? ਹਾਂਜੀ ਅੱਜ 2 ਤਰੀਕ ਨੂੰ ਬਣਿਆ, ਪਟਨਾ ਸਾਹਿਬ ਮਨਾਇਆ ਗਿਆ, ਸਾਰੇ ਪੰਜਾਬ 'ਚ ਮਨਾਇਆ ਗਿਆ, ਛੁੱਟੀ ਹੈ 2 ਤਰੀਕ ਦੀ ਉੱਥੇ। ਚਲੋ ਤੇ ਦੂਸਰੀ ਗੱਲ ਇਹ ਹੈ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਉਹਨਾਂ ਦੇ 3 ਵਿਆਹ ਜੀ, ਮਾਤਾ ਅਨੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ ਨੂੰ ਸੁੰਦਰੀ ਕਿਹਾ ਜਾਂਦਾ ਹੈ, ਔਰ ਮਾਤਾ ਸਾਹਿਬਦੇਵ ਕੌਰ ਜੀ, ਔਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ। ਮਾਤਾ ਸੁੰਦਰੀ ਦਾ ਜਿਹੜਾ ਵਿਆਹ ਸੀ ਉਹ ਤੋਂ 2 ਬਾਅਦ 1747 ਸੰਮਤ ਵਿੱਚ ਜੀ, ਸੰਮਤ ਜਿਹੜਾ ਹੈ ਇਹ ਦੇਸੀ ਹੈ, ਵਿਕਰਮੀ ਸੰਮਤ ਜਿਹੜਾ ਇਸ ਵੀ ਹੈ, ਇਸਾ ਮਸੀਹ ਤੋਂ ਸੰਮਤ ਚੱਲਦਾ ਜੀ। ਤੇ ਉਹ 25 ਤਰੀਕ ਨੂੰ ਜਿਸ ਤਰ੍ਹਾਂ ਦਿਨ ਮਨਾਇਆ, ਇਸਾ ਮਸੀਹ ਦਾ ਜਨਮ ਦਿਨ ਮਨਾਉਂਦੇ ਆ, ਤਾਂ ਉਹ ਜਾ ਕੇ 1 ਜਨਵਰੀ ਤੋਂ ਸਾਲ ਸ਼ੁਰੂ ਹੁੰਦਾ, ਇਹਦਾ ਨੀ ਪਤਾ ਲੱਗਦਾ। ਮੈਂ ਕਈਆਂ ਨੂੰ ਪੁੱਛਿਆ 6 ਦਿਨ ਦਾ ਵੱਖ ਵੱਖ ਕਿੱਦਾਂ ਪੈ ਜਾਂਦਾ। ਜੀ ਜੀ ਚਲੋ, ਇਹ ਅਲੱਗ ਅਲੱਗ ਆਪੋ ਆਪਣੀਆਂ ਧਾਰਨਾਵਾਂ ਜੀ, ਬੜੀ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ, ਬਹੁਤ ਧੰਨਵਾਦ। ਫਿਲਹਾਲ ਇੱਕ ਹੋਰ ਬ੍ਰੇਕ ਲੈਣੀ ਪੈਗੀ, ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ, ਔਰ ਕਾਲਾਂ ਵੀ ਤੁਹਾਡੀਆਂ ਆਈਆਂ ਹੋਈਆਂ ਨੇ ਕਾਫੀ, ਪਰ ਹੋਰ ਕਾਲਾਂ ਹੁਣ ਨਹੀਂ ਲੈ ਹੋਣੀਆਂ, ਇਸ ਟੌਪਿਕ 'ਤੇ ਗੱਲ ਨਹੀਂ ਹੋਣੀ, ਨਵੇਂ ਸਾਲ 'ਤੇ ਕੋਈ ਜ਼ਿਆਦਾ ਗੱਲ ਨਹੀਂ ਹੋਈ। ਚਲੋ ਫਿਰ ਵੀ ਇੱਕ ਵਾਰ ਫਿਰ ਪੂਰੀ ਸਾਧ ਸੰਗਤ ਨੂੰ, ਪੂਰੀ ਦੁਨੀਆਂ ਵਿੱਚ ਬੈਠੇ ਪੰਜਾਬੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ, ਨਾਲ ਨਾਲ ਨਵੇਂ ਸਾਲ ਦੀਆਂ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਵਧਾਈਆਂ। ਅਤੇ ਮੈਂ ਚਾਹੁੰਦਾ ਹੁਣ ਬ੍ਰੇਕ ਦਾ, ਵੈਸੇ ਸਮਾਂ ਸਾਡਾ ਖਤਮ ਹੈ, ਅਤੇ ਬੇਨਤੀ ਕਰਦਾ ਮੈਂ ਸਾਡੇ ਸਟੂਡੀਓ ਦੇ ਵਿੱਚ ਸੰਘਾ ਸਾਹਿਬ ਬੈਠੇ ਨੇ, ਵੀ ਜ਼ਰੂਰ ਭਾਵੇਂ 1 ਅੱਧੇ ਮਿੰਟ ਦਾ ਹੀ ਗਾਣਾ ਦਿਖਾ ਦਿਓ ਨਵੇਂ ਸਾਲ ਵਾਲਾ ਸਾਡਾ, ਅਤੇ ਉਹ 'ਚ ਨਾਲੇ ਤਾਂ ਚਲੋ ਪਤਾ ਲੱਗ ਜੂ, ਅੱਜ ਤੋਂ ਲਗਭਗ 19 ਸਾਲ ਪਹਿਲਾਂ ਗੀਤ 2001 ਦੇ ਵਿੱਚ ਇਹ ਆਇਆ ਸੀ, ਨਵੇਂ ਸਾਲ ਦੇ ਪ੍ਰੋਗਰਾਮ 'ਤੇ ਆਇਆ ਸੀਗਾ। ਅਤੇ ਤੁਸੀਂ ਦੇਖੋ ਇਹ ਗੀਤ, ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।